जुड़ो। वाहिगुरु 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 जुड़ो जी, मुँह तो कहो तो कन्ना तो सुनो। गुरु वाहिगुरु 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 आह जुड़ जो, खोल के बोलो, खोल के। वाहिगुरु 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 जी। डंडौत बंदन अनकबार, हाथ जोड़ो जी सारे, सिर नवाओ गुरु ग्रंथ साहिब पातशाह पिता जी के चरणों च, सिर नवा के सारे ही पढ़ो। डंडौत बंदन अनकबार सर्ब कला, धन गुरु ग्रंथ साहिब पिता जी सर्ब कला समरथ, सर्ब कला समरथ, डोलन ते रखो प्रभु नानक दे कर हथ, नानक दे कर हथ, फिरत फिरत प्रभ आया परया तो, तरला पाओ परया तो सरनाए, नानक की प्रभ बेनती अपनी भगती, नानक की प्रभ बेनती अपनी भगती लाए। बेशुमार अथाह अगणत अतुल, बेशुमार अथाह अगणत अतुल, ज्यों बुलाव हो त्यों नानक दास बोलै, ज्यों बुलाव हो त्यों नानक दास बोलै, ए तन माया पाया प्यारे लितड़ा लब रंगाए, मेरे कंत न पावे चोलड़ा प्यारे, क्यों तन सेजै जाए, हों कुरबाने जाऊं मेहरबाना, हों कुरबाने जाऊं, हों कुरबाने जाऊं तिना कै, लैण जो तेरा नाव, लैण जो तेरा नाव तिना कै, हाँ सद कुरबान जाऊं काया रंगण जे थिए प्यारे, पाइए नाम जीठ रंगण वाला जे रंग है साहिब, ऐसा रंग ना डीठ जिनके चोले रतड़े प्यारे, कंत तिना कै पास धूड़ तिना की जे मिले जी, कहो नानक की अरदास आपे साजे आपे रंगे आपे नदर करे, नानक कामण कंत पावे आपे ही रावे, नानक कामण कंत पावे आपे ही रावे।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ, ਆਪਣਾ ਤਰਲਾ ਪਾਓ। ਦੇਹੋ ਆਪਣਾ ਨਾਮ, ਦੇਹੋ ਆਪਣਾ ਨਾਮ, ਦੇਹੋ ਮੋਹੇ ਪਰਦੇਸਣ ਦੂਰ ਤੇ ਆਈ, ਮੋਹੇ ਪਰਦੇਸਣ ਦੂਰ ਤੇ ਆਈ, ਮੋਹੇ ਪਰ ਅੰਦਰੋਂ ਰੂਹ ਤਰਲਾ ਪਾਵੇ। ਮੋਹੇ ਪਰਦੇਸਣ ਦੂਰ ਤੇ ਆਈ, ਮੋਹੇ ਪਰਦੇਸਣ ਦੂਰ ਤੇ ਆਈ, ਮੋਹੇ ਪਰ ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ, ਆਪਣਾ ਜਿਹੜਾ ਰੱਬੀ ਬਾਣੀ ਦਾ ਕੀਰਤਨ ਗੁਰੂ ਕੇ ਲਾਲਾਂ ਨੇ, ਕੀਰਤਨੀਆਂ ਨੇ ਕੀਤਾ ਹੈ, ਹਰ ਕੀਰਤਨੀਆਂ ਐਸੇ ਠਹਿਰਾਓ ਵਾਲੀ ਸੁਰ ਵਿੱਚ ਕੀਰਤਨ ਨਹੀਂ ਕਰਦਾ। ਬੜੇ ਸੋਹਣਾ ਪੈ ਭਾਵਨੀ ਵਿੱਚ ਕੀਰਤਨ ਕਰਦਿਆਂ ਉਹਨਾਂ ਨੇ ਜਿਹੜਾ ਸ਼ਬਦ ਪੜ੍ਹਿਆ ਵੀ ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ, ਤੁਸੀਂ ਆਖਿਆ ਆਣ ਕੇ ਆਖੋ ਵਾਹਿਗੁਰੂ, ਤੁਸੀਂ ਆਪਣੀ ਰਸਨਾ ਤੋਂ ਇਹ ਬਚਨ ਬੋਲੇ ਨੇ ਵੀ ਮੈਂ ਗਰੀਬ ਬੋਲੋ ਹਾਂ, ਕਹੋਗੇ ਕਿ ਅੰਦਰੋਂ ਪਤਾ ਵੀ ਆ ਵੀ ਮੈਂ ਗਰੀਬ ਹਾਂ, ਘਰ ਮੇਰਾ ਨਹੀਂ। ਧਿਆਨ ਦਿਓ ਜੀ, ਘਰ ਜਾਇਦਾਦ ਮੇਰੀ ਨਹੀਂ, ਇਹ ਸਰੀਰ ਮੇਰਾ ਨਹੀਂ, ਇਹ ਸਵਾਸ ਮੇਰੇ ਨਹੀਂ, ਮੈਂ ਇਹ ਦਾਅਵਾ ਕਰਕੇ ਬੈਠਾ ਵੀ ਮੇਰਾ ਸਰੀਰ ਹੈ, ਮੇਰਾ ਘਰ ਹੈ, ਮੇਰੀ ਦੌਲਤ ਹੈ। ਜਿਹਨੂੰ ਪਤਾ ਸੀ ਨਾ, ਤੁਧ ਅੱਗ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ, ਜਿਹਨੂੰ ਪਤਾ ਸੀ ਉਹਨੇ ਕਿਹਾ ਹੈ ਕਿ ਇੱਥੇ ਆ ਜਾਓ ਸਾਹਮਣੇ, ਇੱਥੇ ਆਓ ਮੇਰੇ ਸਾਹਮਣੇ, ਹੋ ਜਾਓ ਮੇਰਾ ਪੁੱਤਰ, ਸੁਣਨਾ ਹੈ ਤਾਂ ਫਿਰ ਸਾਹਮਣੇ ਹੋਇਆ ਜ਼ਿਆਦਾ ਸੁਣਦਾ, ਜੇ ਕਿਤੇ ਵਿੱਚ ਵਿੱਚ ਘੁੰਮਰ ਲਾਉਣੀ ਤਾਂ ਫਿਰ ਪਿੱਛੇ ਜਾ ਕੇ ਬਹਿ ਜਾਓ। ਆਖੋ ਵਾਹਿਗੁਰੂ, ਗੱਜ ਕੇ ਬੋਲੋ। ਜਿਹਨੂੰ ਪਤਾ ਸੀ ਉਹਨੇ ਆਹ ਸ਼ਬਦ ਬੜੇ ਪਿਆਰੇ ਕਹੇ, ਤੁਧ ਅੱਗੇ, ਅੱਗੇ ਕੀ ਹੈ ਅਰਥ ਆਉਂਦਾ ਜੇ ਇਹਦਾ ਅਰਥ ਕਰ ਲਓਗੇ, ਜੀਓ ਮੈਨੇ ਆ ਮੇਰੀ ਆਤਮਾ, ਪਿੰਡ ਮੈਨੇ ਸਰੀਰ, ਗਰੀਬ ਨਿਵਾਜ ਮੈਂ ਕੀ ਦਾਅਵਾ ਕਰਾਂ, ਆ ਆਤਮਾ ਵੀ ਤੇਰੀ ਅਤੇ ਸਰੀਰ ਰੂਪੀ ਪਿੰਡ ਵੀ ਤੇਰਾ। ਧਿਆਨ ਦਿਓ ਜਰਾ, ਜੀਓ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਹੋ ਨਾ ਜਾਣੇ ਮੈਂ। ਜਿਨ੍ਹਾਂ ਨੇ ਸੱਚੀ ਮੁੱਚੀ ਗਰੀਬੀ ਦੇ ਅਭਾਵ ਨੂੰ ਸਮਝਿਆ ਉਹ ਬੜੇ ਅੰਦਰੋਂ ਜਾ ਕੇ ਬੋਲੇ, ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ। ਇਹ ਸ਼ਬਦ ਪੜ੍ਹ ਰਹੇ ਸੀ, ਮੈਂ ਗਰੀਬ ਬਣ ਕੇ ਆਇਆ ਅਤੇ ਗਰੀਬੀ ਦੀ ਕਿਰਪਾ ਨਾਲ ਮੈਨੂੰ ਤੇਰੇ ਦਰਸ਼ਨ ਹੋ ਗਏ, ਅਮੀਰਾਂ ਨੂੰ ਨਹੀਂ ਦਿਸਦਾ। ਆਖੋ ਵਾਹਿਗੁਰੂ, ਦੋ ਬੰਦਿਆਂ ਦੇ ਰੱਬ ਮੱਥੇ ਨਹੀਂ ਲੱਗਦਾ ਜੀ, ਧਿਆਨ ਰੱਖਿਓ, ਇੱਕ ਨਿੰਦਕ ਦੇ, ਇੱਕ ਹੰਕਾਰੀ ਦੇ। ਸਾਹਮਣੇ ਪ੍ਰਕਾਸ਼ਮਾਨ ਆ ਮਗਰ ਉਹਨਾਂ ਨੂੰ ਦਿਸਣਾ ਨਹੀਂ, ਲਿਖਿਆ ਨਾ ਗੁਰਬਾਣੀ 'ਚ ਹੰਕਾਰੀਆਂ ਨਿੰਦਕਾਂ, ਪਿੱਠ ਦੇ ਦਾ ਮਤਲਬ ਪਿੱਠ ਕਰ ਲੈਂਦਾ, ਮੱਥੇ ਨਹੀਂ ਲੱਗਦਾ। ਇਹ ਹੁਣ ਤੁਸੀਂ ਵੇਖੋ, ਸੁਣਨਾ ਹੋਰ ਗੱਲ ਆ, ਆਪਣੇ 'ਤੇ ਬੈਟਰੀ ਮਾਰ ਕੇ ਵੇਖਣਾ ਹੋਰ ਗੱਲ ਆ। ਇਹਨਾਂ ਕੈਟਾਗਰੀਆਂ ਵਿੱਚੋਂ ਕਿਤੇ ਮੈਂ ਵੀ ਤਾਂ ਨਹੀਂ,
ਇਹ ਕੈਟਾਗਰੀ ਦੇ ਵਿੱਚ ਮੈਂ ਤਾਂ ਨਹੀਂ, ਅਹੰਕਾਰੀ ਮੈਂ ਤਾਂ ਨਹੀਂ, ਨਿੰਦਕ ਮੈਂ ਤਾਂ ਨਹੀਂ। ਜੇ ਮੈਂ ਅਹੰਕਾਰੀ ਹਾਂ ਅਤੇ ਨਿੰਦਕ ਹਾਂ ਤਾਂ ਰੱਬ ਨੇ ਮੇਰੇ ਮੱਥੇ ਨਹੀਂ ਲੱਗਣਾ। ਆਖੋ ਵਾਹਿਗੁਰੂ, ਗੱਜ ਕੇ ਬੋਲਿਆ ਕਰੋ। ਪਿਛਲੇ ਰਿਕਾਰਡਿੰਗ ਵਿੱਚ ਇੱਕ ਵਚਨ ਕਰਕੇ ਆਏ ਹਾਂ ਵੀ ਜੋ ਨਾ ਭਜੰਤੇ ਨਾਰਾਇਣਾ, ਬੋਲੋ ਹਜ਼ਰਾ ਖੁੱਲ੍ਹ ਕੇ ਬੋਲੋ, ਜੋ ਨਾ, ਅਰਥ ਕਰ ਲਓਗੇ, ਜਿਹੜੇ ਲੋਕ ਨਰਾਇਣ ਦਾ, ਅਕਾਲ ਪੁਰਖ ਦਾ, ਵਾਹਿਗੁਰੂ ਦਾ ਭਜਨ ਨਹੀਂ ਕਰਦੇ। ਆਪਣੀ ਬਾਣੀ 'ਚ ਲਿਖਤਾ ਸਰਕਾਰ ਨੇ, ਤਿਨਕਾ ਮੈਂ ਨਾ ਕਰੂੰ ਦਰਸ਼ਨਾ, ਤਿਨਕਾ। ਗੁਰੂ ਸਾਹਿਬ ਨੇ ਕਹਿ ਦਿੱਤਾ, ਰੱਬ ਨੇ ਕਹਿ ਦਿੱਤਾ ਵੀ ਮੈਂ ਉਹਨਾਂ ਦੇ ਦਰਸ਼ਨ ਵੀ ਨਹੀਂ ਕਰਦਾ। ਆਪਾਂ ਉਹਨੂੰ ਕਹਿੰਦੇ ਹਾਂ ਜਿਹਦੇ ਨਾਲ ਮੇਰੀ ਬਹੁਤ ਨਫ਼ਰਤ ਹੋਵੇ, ਆਪਾਂ ਕਹਿੰਦੇ ਮੈਂ ਤਾਂ ਉਹਦੇ ਮੱਥੇ ਵੀ ਨਹੀਂ ਲੱਗਦਾ, ਕਹਿੰਦੇ ਕਿ ਨਹੀਂ ਬੋਲੋ। ਆਖੋ ਵਾਹਿਗੁਰੂ। ਹੁਣ ਮੇਰੇ ਗਰੀਬ ਨਵਾਜ਼ ਪਾਤਸ਼ਾਹ ਜੀ ਕਹਿੰਦੇ, ਮੇਰੇ ਅੰਦਰ ਆਈ ਗਰੀਬੀ, ਮੈਂ ਗਰੀਬ, ਕਿਆ ਬਚਨ ਹੈ, ਗੁਰਮਤਿ ਹਿਰਦੈ ਗਰੀਬੀ ਆਵੇ, ਮਨ ਹਾਲੀ ਕਰਸਾਣੀ ਕਰਨੀ, ਸਰਮ ਪਾਣੀ ਧਨ ਖੇਤ, ਨਾਮ ਬੀਜ ਸੰਤੋਖ ਸੁਹਾਗਾ। ਅਤੇ ਅੱਗੇ ਕੀ ਆ, ਗਰੀਬੀ ਗਵਾਚ ਗਈ, ਗਰੀਬੀ ਗਵਾਚ ਗਈ ਸੰਸਾਰ ਕੋਲੋਂ। ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ, ਗਰੀਬੀ ਗਰੀਬੀ ਵਸ ਜਾਏ, ਗਰੀਬੀ ਅੰਦਰ ਸੁਰਤ ਵਿੱਚ ਗਰੀਬੀ ਆ ਜਾਏ, ਸੁਰਤ 'ਚ ਆਵੇ, ਸਰੀਰ ਕਰਕੇ ਨਹੀਂ। ਨਾਨਕ ਇਹਾਂ ਮੁਕਤ, ਇੱਥੇ ਜੀਵ ਆਤਮਾ ਮੁਕਤ ਹੋ ਗਈ ਜਿਹਦੇ ਅੰਦਰ ਗਰੀਬੀ ਆ ਗਈ। ਬੜੇ ਗਰੀਬੀ ਦੇ ਸੋਹਣੇ ਸੋਹਣੇ ਸ਼ਬਦ ਹੋਰ ਵੀ ਨੇ ਲਿਖਿਆ। ਧੰਨ ਗੁਰੂ ਅਰਜਨ ਦੇਵ ਸਾਹਿਬ ਨੂੰ ਪੁੱਛਿਆ, ਮਹਾਰਾਜ ਤ੍ਰੇਤੇ ਦਾ ਅਵਤਾਰ ਆਇਆ ਭਗਵਾਨ ਰਾਮ ਚੰਦਰ, ਆਖੋ ਵਾਹਿਗੁਰੂ, ਉਹਦੇ ਹੱਥ ਵਿੱਚ ਤੀਰ ਕਮਾਨ ਸੀ, ਮੁਕਾਬਲਾ ਕਰਨ ਨੂੰ ਉਹਦੇ ਹੱਥ ਵਿੱਚ। ਦੁਆਪਰ ਵਿੱਚ ਕ੍ਰਿਸ਼ਨ ਆਏ, ਉਹਨਾਂ ਦੇ ਹੱਥ ਵਿੱਚ ਸੁਦਰਸ਼ਨ ਚੱਕਰ ਸੀ। ਅਤੇ ਤੁਸੀਂ ਕਲਯੁੱਗ ਦੇ ਅਵਤਾਰ ਜੇ, ਕਿਹਨੂੰ ਕਿਹਾ, ਗੁਰੂ ਅਰਜਨ ਦੇਵ ਸਾਹਿਬ ਨੂੰ ਸਿੱਖਾਂ ਨੇ ਪੁੱਛਿਆ ਵੀ ਤੁਸੀਂ, ਤੁਹਾਡੇ ਹੱਥ ਵਿੱਚ ਸ਼ਸਤਰੀ ਕੋਈ ਨਹੀਂ, ਤੁਸੀਂ ਸ਼ਸਤਰੀ ਨਹੀਂ ਚੁੱਕਿਆ? ਕਹਿੰਦੇ ਹੈਗਾ ਹੈ, ਤੁਹਾਨੂੰ ਦਿਸਦਾ ਨਹੀਂ। ਸੱਚੀ ਮੁੱਚੀ ਅੱਖ ਵਾਹਿਗੁਰੂ, ਇਹ ਜਿਹੜਾ ਸ਼ਸਤਰ ਹੈ ਕਿਸੇ ਨੂੰ ਦਿਸਦਾ ਹੀ ਨਹੀਂ ਅਤੇ ਦਿਸਣਾ ਚਾਹੀਦਾ ਵੀ ਨਹੀਂ। ਅੱਖ ਵਾਹਿਗੁਰੂ ਸਾਹਿਬ ਨੂੰ ਪੁੱਛਿਆ, ਸਾਰਿਆਂ ਨੂੰ ਪਤਾ ਲੱਗ ਰਿਹਾ ਜੀ, ਸਾਹਿਬ ਨੂੰ ਪੁੱਛਿਆ ਵੀ ਤੁਹਾਡੇ ਹੱਥ ਵਿੱਚ ਕਿਹੜਾ ਸ਼ਸਤਰ ਹੈ? ਕਹਿੰਦੇ ਗਰੀਬੀ ਗਦਾ ਹਮਾਰੀ। ਗਰੀਬੀ ਗਦਾ ਕੀ ਹੁੰਦੀ? ਗੁਰਜ, ਗੁਰਜ ਮੇਰੇ ਹੱਥ ਵਿੱਚ ਗੁਰਜ ਹੈ, ਉਹ ਹੈ ਗਰੀਬੀ ਦਾ, ਨਿਮਰਤਾ ਦਾ। ਸਾਡੇ ਕੋਲ ਨਾ ਰਿਹਾ, ਨਿਮਰਤਾ ਗਵਾਚ ਗਈ ਸਮਾਜ ਕੋਲੋਂ। ਆਖੋ ਵਾਹਿਗੁਰੂ। ਭੈਣੋ ਮਹਿਸੂਸ ਕਰਦੇ ਹੋ ਕਿ ਨਹੀਂ, ਨਿਮਰਤਾ ਨੌਂ ਕੋਲ ਨਹੀਂ ਰਹੀ, ਸੱਸ ਕੋਲ ਨਹੀਂ ਰਹੀ, ਦਰਾਣੀ ਕੋਲ ਨਹੀਂ ਰਹੀ। ਕੇਵਲ ਸਿਰ ਨਹੀਂ ਹਿਲਾਉਣਾ, ਮਹਿਸੂਸ ਕਰੋ, ਫਿਰ ਆਰਾਮ ਆਊਗਾ। ਨਾ ਨੌਂ ਕੋਲ ਰਹੀ, ਨਾ ਸੱਸ ਕੋਲ ਰਹੀ, ਨਾ ਦਰਾਣੀ ਕੋਲ, ਕੀ ਨਿਮਰਤਾ? ਨਿਮਰਤਾ ਬੋਲੋ, ਰਹੀ ਕਿਸੇ ਕੋਲ? ਇੱਥੇ ਕਿਸੇ ਮੇਰੇ ਵਰਗੇ ਕਥਾਵਾਚਕ ਨੂੰ ਹੱਥ ਲਾ ਕੇ ਵੇਖ ਲਓ, ਮੈਨੂੰ ਕਿਉਂ ਕਿਹਾ? ਕਿੱਥੇ ਗਈ ਨਿਮਰਤਾ? ਕਿੱਥੇ ਗਈ ਨਿਮਰਤਾ? ਨਿਮਰਤਾ ਗਵਾਚ ਗਈ, ਗਰੀਬੀ ਗਵਾਚ ਗਈ। ਗੁਰਬਾਣੀ 'ਚ ਨਿਮਰਤਾ ਗਰੀਬੀ ਨੂੰ ਕਹਿੰਦੇ। ਆਖੋ ਵਾਹਿਗੁਰੂ, ਗੱਜ ਕੇ ਬੋਲੋ। ਦਰਾਣੀ ਕੋਲ ਗਵਾਚ ਗਈ, ਜਠਾਣੀ ਕੋਲ ਗਵਾਚ ਗਈ, ਭਰਾ ਕੋਲੋਂ ਗਵਾਚ ਗਈ, ਸਰੀਕੇ ਕੋਲੋਂ ਗਵਾਚ ਗਈ, ਸਤਸੰਗਤ ਵਿੱਚ ਆਣ ਕੇ ਜਿਹੜੇ ਸਤਸੰਗਤ ਵਿੱਚ ਬੈਠੇ ਉਹਨਾਂ ਕੋਲੋਂ ਵੀ ਗਵਾਚ ਗਈ, ਗਰੀਬੀ ਗਵਾਚ ਗਈ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੂੰ ਪੁੱਛਿਆ, ਗਰੀਬ ਨਵਾਜ਼ ਜੀ, ਤੁਹਾਡੇ ਕੋਲ ਜਿੱਦਣ ਦੀ ਗਰੀਬੀ ਆਈ ਅਤੇ ਤੁਸੀਂ ਗੁਰਜੇ ਚੁੱਕੀ ਹੈ, ਤੁਹਾਡੇ ਅੱਗੇ ਕੋਈ ਨਹੀਂ ਅੜਿਆ? ਇਸ ਅੱਗੇ ਕੋ ਨਾ ਟਿਕੇ ਬਿਕਾਰੀ, ਕੋਈ ਕਾਮ, ਕੋਈ ਕ੍ਰੋਧ, ਕੋਈ ਲੋਭ, ਛੋਟੇ ਮੋਟੇ ਨਹੀਂ, ਇਹ ਜਿਹੜੇ ਪੰਜ ਵੱਡੇ ਜਰਨੈਲ ਨੇ ਨਾ, ਮੇਰਾ ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਜਿੱਦਣ ਦੇ ਮੈਂ ਗੁਰਜ ਚੁੱਕੀ ਇਹ ਵੀ ਨਹੀਂ ਅੱਗੇ ਖਲੋਂਦੇ, ਇੰਨੀ ਪਾਵਰ ਹੈ ਇਹਦੇ ਵਿੱਚ। ਇਸ ਅੱਗੇ ਕੋ ਨਾ ਟਿਕੇ ਬਿਕਾਰੀ, ਬੋਲੋ, ਵਿਕਾਰ ਵੀ ਕੋਈ ਹੁਣ ਨਹੀਂ ਟਿਕਦਾ ਜਦੋਂ ਦਾ ਮੇਰੇ ਹੱਥ ਵਿੱਚ ਇਹ ਗੁਰਜ ਆ ਗਈ। ਸ਼ਬਦ ਕਹਿ ਰਿਹਾ ਸਾਂ, ਤੁਸੀਂ ਵੀ ਹੱਥ ਜੋੜ ਕੇ ਕਹੋ, ਜਿਹੜਾ ਭਾਈ ਸਾਹਿਬ ਪੜ੍ਹ ਕੇ ਗਏ, ਛੇਕ ਕਰ ਦਿੰਦੇ ਨੇ ਸ਼ਬਦ ਇਹ ਗੁਰੂ ਅਰਜਨ ਦੇਵ ਸਾਹਿਬ ਦੇ, ਮੈਂ ਗਰੀਬ, ਬੋਲੋ, ਸੱਚ ਟੇਕ ਤੂੰ,
मेरे सतगुर पूरे, देख तुम्हारा दर्शनो मेरा मन धीरे, मेरा मन धीरज करता है। मन क्यों बराग करेगा, मेरे मन नू भरोसा आता है। दुनिया के लोगो मैं अपने आप नू समझा मेरिया मना विरा घट कर विराग ना करया कर मेरिया मना, क्योंकि सामने जिहड़ा सतगुरु प्रकाशमान है पूरा सतगुरु है। की जी एक बार भर के बोलो, जिहड़े जिहड़े सच्चे दिलों गुरु ग्रंथ साहिब पातशाह नू पिता मानते ने ना। हुण वेखो धन गुरु नानक साहब ने सानू अधूरे गुरु दे लड़ नहीं सी लाउणा, धन बाबे अमरदास महाराज ने सानू अधूरे गुरु दे लड़ नहीं सी लाउणा। आवो सिख सतगुरु के प्यारे हो लड़ लाया। चौथे पातशाह ने वाह वाह बाणी बाणी गुरु गुरु है बाणी विच बाणी अमृत। पंजवें पातशाह ने धुर की बाणी आई तिन सगली चिंत। दसम पिता ने आग्या भई अकाल की तबे चलायो, सब सिखन को हुक्म है गुरु मान्यो। पूरे गुरु ने पूरे वाल इशारा करके आख्या दुनिया के लोगों पूरे गुरु दे लड़ लगे। तो हुण तुसी अपनी रूह नू अज मेरियां तियां समझाओ वीर समझाओ, मन क्यों बैराग करेगा। बोलो हजरा निक्की निक्की गल ते क्यों डोलदा है, विराग क्यों करदा है। सतगुर मेरा आ पूरा सतगुरु बैठा है, तू इहदी गोद च बह के जप वाहिगुरु वाहिगुरु वाहि। बोलो खोल के बोलो वाहेगुरु, बोलो मेरा पुत्र जन्मां दी मैल लथूगी। गुरु धुनी वाली जगह ते गुरु आह रंग लग गया। इनू कहते रंग चढ़ना। सतनाम श्री वाहिगुरु, देख तुम्हारा दर्शन। बोलो इधर वेख के सरकार वाल, देख मेरा मन धीरे 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 धीरज विच आउंदा है। मेरे अंदर आवाज जांदी मन क्यों बैराग करेगा, मन सतगुर मेरा अधूरा नहीं, सतगुर मेरा पूरा। मनसा का दाता सारे फुरने पूरे करने वाला मनसा बने हुंदा फुरना। बोलोगे जी मनसा बने, जेड़े तेरे मन दे फुरने आ उन्हां नू पूरा करने वाला है। मनसा पूरन शरणा जोग, जो कर पाया एडा वड्डा पावर वाला है तेरा सतगुरु। हरन भरन जाका नेत्र फोर, नेत्र फोर कहिंदे अख चुकनी ते अख मीटनी। इन्ना चिर इन्ने चिर विच धरती बना सकदा है, इन्ने चिर च धरती गए कर सकदा है। इन्नी पावर आ किसी ने वेखी नहीं, जिन्हां ने वेखी उन्हां कहा तुदनों छोड़ जाइए प्रभ कैं धर। गरीब नवाज, हे गुरु ग्रंथ साहिब जी ताडा दर छड के मैं कबर वल जावां, मैं किसी देहधारी बाबे वल जावां। महाराज मेरी मत मारी होगी जिदन गुरु ग्रंथ साहब जी मैं थोड़ा दर छड़ के किसी कबर ते दीवा जगाउण जाऊं।
ਤੁਧਨੋ ਛੋੜ ਜਾਈਏ ਪ੍ਰਭ ਕੈਂ ਧਰ। ਐਡੀ ਵੱਡੀ ਪਾਵਰ ਦੇ ਮਾਲਕ ਗੁਰੂ ਜੀ, ਤੈਨੂੰ ਛੱਡ ਕੇ ਮੈਂ ਕਿਹੜੇ ਦਰ 'ਤੇ ਜਾਵਾਂ। ਆਨ ਨਬੀਆ ਤੇਰੀ ਸਮਸਰ, ਨਹੀਂ ਪਤਾ ਲੱਗਾ ਜੀ, ਆਨ ਨਬੀਆ ਪੈਦਾ ਹੋਇਆ ਤੇਰੀ ਸਮਸਰ, ਤੇਰੇ ਬਰਾਬਰ ਕੋਈ ਹੋਰ ਧਰਤੀ 'ਤੇ? ਹੌਲੀ ਬੋਲਦੇ ਹੋ, ਕੀ ਹੋਇਆ ਹੈ ਬੋਲੋ ਨਾ। ਆਨ ਨਬੀਆ ਤੇਰੀ ਸਮਸਰ, ਪਤਾ ਲੱਗਾ ਜੀ, ਤੇਰੇ ਬਰਾਬਰ ਤਾਂ ਹੋਰ ਕੋਈ ਪੈਦਾ ਹੀ ਨਹੀਂ ਹੋਇਆ, ਹੁਣ ਕਿਹਦੇ ਕੋਲ ਜਾਵਾਂ? ਮੇਰੀ ਮੱਤ ਮਾਰੀ ਹੋਊਗੀ ਜੇ ਮੈਂ ਜਿਉਂਦੇ ਜਾਗਦੇ ਗਰੀਬ ਨਵਾਜ ਪਾਤਸ਼ਾਹ ਦੀ ਅਗੰਮੀ ਲੱਟ ਲੱਟ ਵਗਦੀ ਅਗੰਮੀ ਬਾਣੀ ਦੀ ਜੋਤ ਨੂੰ ਛੱਡ ਕੇ ਮੈਂ ਕਿਸੇ ਦੀਵੇ ਜਗਾਉਣ ਵਾਲੀ ਜਗ੍ਹਾ 'ਤੇ ਜਾਵਾਂ ਤੇ ਗੁਰੂ ਕਿਆ ਸਿੱਖਾ ਸੁਣ, ਹਰਨ ਭਰਨ ਜਾਂ ਕਾ ਤਿਸ ਕਾ ਮੰਤਰ। ਮੰਤਰ ਦਾ ਮਤਲਬ ਹੁੰਦਾ ਪਾਵਰ, ਜਰਾ ਬੋਲੋਗੇ ਮੰਤਰ ਦਾ ਮਤਲਬ? ਇਹ ਪਾਵਰ ਆ ਨਾ ਜਿਹੜੀ ਤੇਰੀ, ਤਿਸ ਕਾ ਮੰਤਰ ਨਾ ਜਾਣੇ ਅੰਤ ਨਾ ਜਾਪੈ ਕਿਆ ਮਨ ਮੰਤ। ਤੇਰੇ ਮਨ ਮੰਤਰ ਦਾ ਪਤਾ ਹੀ ਨਹੀਂ ਵੀ ਕੀ ਅੰਤ ਆ, ਤੇਰੇ ਮੰਤਰ 'ਚ ਕਿੰਨੀ ਪਾਵਰ ਆ। ਆਖੋ ਵਾਹਿਗੁਰੂ, ਗੱਜ ਕੇ ਬੋਲੋ। ਅੰਤ ਨਾ ਜਾਪੈ ਹਰਨ ਭਰਨ ਜਾਂ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੇ ਹੋਰ। ਅਨੰਦ ਰੂਪ ਮੰਗਲ ਸਦ ਜਾਕੈ ਸਰਬ ਥੋਕ, ਸੁਣੀਏ ਘਰ ਤਾਂ ਕੈ ਰਾਜ ਮੈਂ ਰਾਜ, ਜੋਗ ਮੈਂ ਜੋਗੀ ਤਪ ਮੈਂ ਤਪੀਸਰ। ਐਸ ਮੇਰੇ ਮਾਲਕ ਨੂੰ ਪੂਰੇ ਸਤਿਗੁਰੂ ਨੂੰ ਧਿਆਏ ਧਿਆਏ ਭਗਤੇ, ਅੱਜ ਤੱਕ ਕਰੋੜਾਂ ਭਗਤਾਂ ਨੇ ਇਹਨੂੰ ਧਿਆਇਆ ਅਤੇ ਸੁੱਖਾਂ ਨਾਲ ਝੋਲੀਆਂ ਭਰ ਲਈਆਂ। ਧਿਆਏ ਧਿਆਏ ਭਗਤੇ ਸੁੱਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੇ। ਅੰਤ ਨਹੀਂ ਪਾ ਸਕਿਆ ਕੋਈ, ਮਨ ਕਿਉਂ ਬਰਾਗ ਕਰੇਗਾ? ਸਤਿਗੁਰ ਮੇਰਾ ਮਨਸਾ ਕਾ ਦਾਤਾ ਸਭ ਸੁਖ ਨਿਧਾਨ, ਅੰਮ੍ਰਿਤ ਸਰ ਸਦ ਹੀ ਭਰਪੂਰਾ, ਐਸਾ ਮੇਰਾ ਸਤਿਗੁਰੂ। ਦੇਖ ਤੁਮਾਰਾ ਦਰਸਨੋ ਮੇਰਾ ਮਨ ਧੀਰੇ, ਮੇਰਾ ਮਨ ਧੀਰਜ ਕਰਦਾ ਹੈ। ਅਤੇ ਜਿਹੜਾ ਮੈਂ ਬਚਨ ਫੜ ਲਿਆ ਸੀ ਵਿੱਚੋਂ, ਭਾਈ ਸਾਹਿਬ ਗਾ ਕੇ ਗਏ, ਜੇਤੇ ਮਾਇਆ ਰੰਗ, ਬੋਲੋ ਜਰਾ ਉੱਚੀ ਉੱਚੀ ਬੋਲੋਗੇ ਤਾਂ ਹੋਰ ਆਨੰਦ ਵਰਜੂ, ਨਹੀਂ ਤਾਂ ਕਥਾ ਤਾਂ ਸਵਾ ਘੰਟਾ ਹੋ ਜਾਣੀ। ਮੈਂ ਆਪਣੇ ਘਰ ਨੂੰ ਚੱਲ ਜਾਣਾ, ਤੁਸੀਂ ਆਪਣੇ ਘਰ ਨੂੰ ਚੱਲ ਜਾਣਾ। ਮਰਦ ਬਣੋ ਜੇਤੇ ਮਾਇਆ ਰੰਗ, ਬੋਲੋ ਜਿੰਨੇ ਮਾਇਆ ਦੇ ਰੰਗ। ਆ ਜਵਾਨੀ ਕੀ ਹੈ? ਇਹ ਵੀ ਮਾਇਆ ਦਾ ਰੰਗ ਆ। ਪੈਸਾ ਕੀ ਹੈ? ਹਾਂਜੀ ਭੈਣ ਜੀ, ਟਿਕੋ 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 ਚੰਗੀ ਤਰ੍ਹਾਂ। ਜਿੰਨੇ ਮਾਇਆ ਦੇ ਰੰਗ ਨੇ, ਜਵਾਨੀ ਹੈ, ਪੈਸਾ ਹੈ, ਘਰ ਹੈ, ਬਾਹਰ ਹੈ, ਦੌਲਤਾਂ ਨੇ, ਇਹ ਰੱਬ ਦੇ ਰੰਗ ਨੇ ਕਿ ਮਾਇਆ ਦੇ? ਅਤੇ ਸਰਕਾਰ ਨੇ ਅੱਗੇ ਲਿਖਿਆ ਤੇਤ ਪਛਾਵਿਆ, ਤੇਤ ਪਛਾਵਿਆ ਮੀਨਜ ਹਾਂ 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 ਕਾਹਨੂੰ ਆਉਣ ਵਾਲਾ? ਇਹ ਪਰਛਾਵੇਂ ਨੇ, ਅਸਲੀਅਤ ਨਹੀਂ। ਤੁਸੀਂ ਦੱਸੋ ਮੇਰੀਆਂ ਬੱਚੀਆਂ ਭੈਣ ਜਿੰਨੇ ਬੈਠੇ ਹੋ, ਇੱਕ ਵਾਰ ਆਪਣੀ ਸੁਰਤ 'ਤੇ ਭਾਰ ਪਾਓ ਵੀ ਪਰਛਾਵਾਂ ਕਦੀ ਕਿਸੇ ਦੇ ਹੱਥ 'ਚ ਆਇਆ? ਬੋਲੋ ਹਾਂ। ਜਿੰਨੀ ਜਵਾਨੀ ਹੈ, ਜੇ ਅੱਜ ਜਿਹਦੇ ਕੋਲ ਜਵਾਨੀ ਆ ਇਹ ਫੜ ਲੂ ਇਹਨੂੰ, ਕੁਝ ਦਿਨਾਂ ਬਾਅਦ ਵੱਡੇਪਾ ਆ ਜਾਣਾ ਹੈ ਨਾ। ਬਚਪਨ ਕਿਸੇ ਨੇ ਫੜ ਲਿਆ? ਪਕੜ ਰਹੇ ਹੋ ਜੀ, ਬਚਪਨ ਨੂੰ ਕਿਸੇ ਨੇ ਫੜ ਲਿਆ? ਆਇਆ ਹੱਥ ਕਿਸੇ ਦੇ ਬਚਪਨ? ਬਚਪਨ ਜਵਾਨੀ ਨੇ ਫੜ ਲਿਆ, ਜਵਾਨੀ ਵੱਡੇਪੇ ਨੇ ਫੜ ਲਈ, ਅਤੇ ਵੱਡੇਪਾ ਮੌਤ ਨੇ ਫੜ ਲਿਆ। ਪਰਛਾਵਾਂ ਸੀ, ਗੁਜ਼ਰ ਗਿਆ। ਜੇਤੇ ਮਾਇਆ ਰੰਗ, ਜਿੰਨੇ ਮਾਇਆ ਦੇ ਰੰਗ ਨੇ, ਤੇਤ ਪਛਾਵਿਆ ਸੁੱਖ ਕਾ ਨਾਮ ਨਿਧਾਨ। ਆ ਕੀ ਕਰ ਰਹੇ ਹੋ? ਫੋਟੋਆਂ ਕਿਉਂ ਖਿੱਚਦੇ ਹੋ? ਸ਼ਬਦ ਸੁਣੋ। ਇਹ ਤਾਂ ਹੁਣ ਟਰੰਟ ਬਣ ਗਿਆ, ਜੇ ਦਰਬਾਰ ਸਾਹਿਬ ਕੋਈ ਗਿਆ ਹੈ ਨਾ, ਕੀਰਤਨ ਨਹੀਂ ਸੁਣਦਾ। ਸੁਣਦੇ ਹੋ, ਸਮਝਦੇ ਹੋ ਮੈਂ ਕੀ ਕਿਹਾ? ਉੱਥੇ ਜਾ ਕੇ ਚੌਂਕੜੇ ਮਾਰ ਕੇ ਇਤਰਾਂ ਬਹਿ ਕੇ ਹੰਸਾਂ ਨੂੰ ਮੋਤੀ ਨਹੀਂ ਚੁੱਕਦੀ ਦੁਨੀਆ। ਕਦੀ ਆ ਕਦੀ ਆ, ਇਸ ਫੋਨ ਨੇ ਦੁਨੀਆ ਨੂੰ ਖਾ ਲਿਆ।
अगे आने वाले समय च पता नहीं इन्हें की बर्बादी अजे करनी। इस फोन नू भाई बंद करके अपनी जेब च पा के आया करो। हुण मैं संसार की गल सुनू गुरुद्वारे के अंदर नहीं वड़िया, हुण मैं मत विच रतन जवाहर माणक जे इक गुर की सिख, हुण मैं गुरु की सिक्ख्या सुनना है, मैं समाज नालों नाता तोड़ देना है। साची प्रीत तुमसे जोर, यह किस तरह का प्यार है, ये भी कन्ना नू लगा है, कथा भी हो रही है। फिर तुसी कहिंदे हो भी गुरुद्वारियां चो मिलदा कुछ नहीं, इधर उधर दौड़दे हो। खैर जेते माया रंग तेत पछाव्या, सुखा नाम निधान गुरमुख गाव्या। सुखा का खजाना की है? नाम की जी। माया दे जिन्ने रंग ने सब परछावें ने। स्थिर रहन वाला आद सच, जुगाद सच है भी सच, नानक ओ की है। वाहिगुरू 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 हाँ जिंदे रहो। सुरत टिकाओ आनंद ताव, अंदरला शोर बंद कर दो। चढ़ गया चढ़ गया चढ़ गया रंग। हर हर नाम चरावो रंगन आपे ही प्रभ रंग। महाराज चाढ़ दे साडे गरीबां ते, लोकी होलियां ते कच्चा रंग चाढ़ लै, चाढ़ दो ना पक्का रंग, रंग दो बटाले दी संगत नूं। तगड़े हो गुरु गुरु। आखो सतनाम श्री वाहिगुरु। एक वचन इस तरह का भी लिखा, माया का रंग। बोलो जरा फिर उच्ची बोलो। सब फिका की अगे लिखा, जातो बिनस निदान। निदान कहते छोटा जा बच्चा हो, निदान आ बख्श दो। ये सारी कायनात नूं मेरा गुरु कहिंदा, बचिओ छोटी बुद्धि वालिओ, ये जिहड़ा माया दा रंग चढ़ाई फिरदे जे ना, चार क दिन इस तरह मुछां कुंडियां करके ते ऐ सोने दे कड़े ते मुंदरियां पाई फिरदे हो, ये फिका रंग आ। माया का रंग सब फिका। बोलो हां जरा, जातो बिनस निदान। निदान नहीं निदान, ददे ना। हे बच्चिया हे मूर्खा, बचपन वालिया हरकतां करन वाले आ, सोने दियां मुंदरियां ते चैनियां पाउन वाले आ, ये जिहड़ा रंग दो चार दिन दा माया दा चढ़िया, ये बिनस जाना है। आखो वाहिगुरु
थोड़े जे साल पहलों दस भी पंजा पैंती साल पहलों आप एक आम पग न माया ला देंगे स माया सुन रहे हो जी तो जदों माया चढ़ती सी ना पग तो की हों बोल भी भगता तू आकड़ जाती सी तो ज्यों ज्यों माया का प्रभाव घटता सी नहीं पता लग रहा इतना इतना दो चार दिन दी जिन्ना चिर पूरा माया का उत्ते रंग चढ़िया सी असर सी दो चार पांच दिन बाद वो जिहड़ी आकड़ी सी ना ऐ होण लग पई ते मैं करोड़ां लोकी वेखे जिन्हां कोल दौलत आई बड़े आकड़े बड़े पंगे लै लत्त च लत्तां अड़ाईआं लोकां दीआं आखो वाहिगुरु मगर जदों माया गई तब रोवन लगत है माया गई फिर रोने पले पै गए आ जिहड़े अज नाम दे रंग दी आपां गल कीती सुख का नाम निदान सुख का नाम निदान गुरमुख गावेया गुरमुख गुरु दे प्यारे गुरु के सिख इस नाम दे रंग नू चाढ़ दे ते अज वाला जिहड़ा बचन पढ़िया आखो वाहिगुरु गज के बोलो ए तन माया पाया प्यारे लीतड़ा लब रंगाए सारे हाजिर हो के मेरे नाल दो क मिनट लई ध्यान दिओ भी तुसी ते मैं ए जिहड़ा सानू तन मिलिया है हाजिर जो जी सुन लोगे सीधे हो पुत वजदा नहीं चौंकड़ा सीधे हो सचेत हो ये जिहड़ा सानू शरीर मिलिया है इहनू असीं एक रंग च रंग लिया उहनू कहिंदे लब की जी ए तन माया पाहिया प्यारे ए ते पा कादी चाढ़ती लब दी साढ़े मूँह तो बंदा वेख लैंदा है भी ये बंदा लब्भी आ पता लग जांदा कि नहीं बोलो हौली बोल दिओ बोलो ना आखिर बंदे दे आओ भाव तो पता लग जांदा है कि नहीं भी ये बंदा लब्भी आ जदों गल्लां ही लब वालियां करोगे आखो वाहिगुरु गज के बोलो ना गल्लां ही लब वालियां करोगे ते अगला बच्चा नहीं उहदे अंदर भी रब दी जोत जग रही है उहदे अंदर भी वो जगदी हुई रब दी जोत अंदर खबर दे दिंदी भी आ जिहड़ा तेरा सामने बंदा खलोता ही ना ये बंदा लब्भी है आखो वाहिगुरु ते गरीब नवाज पातशाह जी कहिंदे लीतड़ा लब रंगाए ये जिहड़े लब विच रंगे हुए कपड़े ने तुहाडा एक दोस्त होवे वो लब्भी होवे आखो वाहिगुरु ताड़ी भैन लब्भी होवे तुहाडा चाचा लब्भी होवे सुन रहे हो पुत्र सारे नू पढ़े लिखे बैठे हो तुहाडा कोई दोस्त मित्र लब्भी होवे ते तुहानू पता लग जाए भी ये बंदा लब्भी बड़ा तुहानू चंगा लगदा सुचेत रहिंदे हो कि नहीं ते गुरु साहब की अमृत बाणी च भी लिखिया भी लोभी का वसा ना की जाए उची बोलोगे फिर उची बोलो जिहड़ा बंदा लोभी होवे ना भावें वह सका किड्डा मित्र होवे ते भावें भरा होवे ते भावें चाचा होवे ताया होवे धी होवे मामा होवे नाना होवे मेरे अमृतमई बचना विच बाबे अमरदास ने लिखिया दुनिया के लोगो भुल के किते उस बंदे दा वसा ना कर लियो किहदा जी फिर बोलो एक बार जेका पार वसाए जेका जिथों तक ताड़ा वस चलता दुनिया के लोगो कभी लोभी बंदे का भरोसा ना करना आ लोभी बंदे ने अज मैं सोच रहा सा आखो वाहिगुरु रेत खा लिया केबल खा ली ट्रांसपोर्ट ये लोभी बंदे की कहानी तो तुम वोट पाया भरोसा करके इतना ही है ना जी खुला दाड़ा वेख्या जी पागा सिर दे उत्ते गल में कृपान पाई फिरते ने चलो इन्हों अपने जान के तुम ये नहीं पढ़िया भी ये अपना जा पराया हो कित लोभी तो नहीं नहीं पता लग रहा जी कि नहीं तुम पढ़िया तुम केवल स्वरूप वेख्या मेरे वर्गी पग बधी है मेरे वर्गा गात्रा नाम नाल जथेदार जुड़िया है आखो वाहिगुरु गज के बोलो ना तो तुम वसा कर लिया एक रात अगे असी वसा किया जिस दिन माँ गुजर कौर तो छोटे छोटे दो साहबजादे नाल सी उदन भी असी एक लोभी तो भरोसा कर लिया सी उहदा नाम की सी
ਗੱਜ ਕੇ ਬੋਲੋ ਨਾ। ਇਹ ਵੀ ਗੰਗੂ ਦੀ ਔਲਾਦ ਤੋਂ ਘੱਟ ਨਹੀਂ ਗੇ ਲੋਕ, ਭਾਵੇਂ ਇਹਨਾਂ ਸਿਰਾਂ 'ਤੇ ਪੱਗਾਂ ਵਧੀਆਂ ਨੇ, ਲੋਭੀ ਨੇ। ਸਾਹਿਬ ਜੀ ਕਹਿੰਦੇ ਲੋਭੀ ਕਾ ਵਿਸਾਹ ਨਾ ਕੀਜੈ ਜੇ ਕਾ ਪਾਰ, ਅੰਤਕਾਲ ਤਿੱਥੇ ਧੋਏ। ਅੰਤਲੀ ਘੜੀ ਲੋਭੀ ਬੰਦਾ ਤੁਹਾਨੂੰ ਉੱਥੇ ਮਾਰੂਗਾ ਜਿੱਥੇ ਹੱਥ ਨਾ ਪਾਏ, ਜਿੱਥੇ ਜਿੱਥੇ ਫਿਰ ਤੁਹਾਡਾ ਹੱਥ ਨਾ ਪੈ ਸਕਦਾ ਹੋਵੇ, ਉਸ ਖੂਹ 'ਚ ਸੁੱਟੂਗਾ। ਕੌਣ? ਲੋਭੀ ਬੰਦੇ ਤੋਂ ਬਚਣਾ। ਮੇਰੇ ਸਾਹਿਬ ਕਹਿੰਦੇ ਅੱਜ ਤੂੰ ਇਹ ਜਿਹੜਾ ਸਰੀਰ ਰੂਪੀ ਕੱਪੜਾ ਹੈ, ਲਿਤੜਾ ਲੱਭ ਰੰਗਾਏ, ਉਹ ਉੱਥੋਂ ਜਦੋਂ ਗੇਟ 'ਤੇ ਤੂੰ ਅੰਦਰ ਵੜਦਾ ਹੈ ਨਾ, ਅਤੇ ਤੇਰੇ ਮੂੰਹ ਦੇ ਵਿੱਚ ਆਉਂਦਾ ਨਾ ਇੱਕ ਪੁੱਤਰਾ ਬਖਸ਼ਤਾ ਜੇ, ਹੁਣ ਦੂਸਰੇ ਪੁੱਤ ਨੂੰ ਵੀ ਪੁੱਤ ਬਖਸ਼ ਦਿਓ। ਮੇਰੇ ਬਾਪੂ ਨੂੰ ਪਤਾ ਲੱਗ ਗਿਆ ਲੋਭੀ ਤੁਰਿਆ ਹੁੰਦਾ, ਇਹ ਮੈਨੂੰ ਮੰਗਣ ਨਹੀਂ ਆਇਆ। ਹਾਜ਼ਰ ਹੋ, ਇਹ ਮੈਨੂੰ ਮੰਗਣ ਨਹੀਂ ਆਇਆ, ਇਹ ਮੇਰੀਆਂ ਦਾਤਾਂ ਦਾ ਆਸ਼ਕ ਆ, ਦਾਤੇ ਦਾ ਨਹੀਂ। ਪਤਾ ਲੱਗਾ ਜੀ, ਦਾਤੇ ਦਾ ਆਸ਼ਕ ਹੋਣਾ ਹੋਰ ਹੈ, ਦਾਤਾਂ ਦਾ ਆਸ਼ਕ ਹੋਣਾ ਹੋਰ ਹੈ। ਇਹ ਦਾਤਾਂ ਕਰਕੇ ਗੁਰਦੁਆਰੇ ਆਇਆ, ਜੇ ਇਹਨੂੰ ਦਾਤਾਂ ਨਾ ਚਾਹੁੰਦੀਆਂ ਹੋਣ ਇਹ ਕਦੀ ਗੁਰਦੁਆਰੇ ਨਾ ਵੜੇ। ਸੱਚੀ ਮੁੱਚੀ ਜਿਹਨਾਂ ਨੂੰ ਬਹੁਤ ਦਾਤਾਂ ਬਖਸ਼ਤੀਆਂ ਨਾ ਰੱਬ ਨੇ, ਉਹਨਾਂ ਦੀਆਂ ਨੌਵਾਂ ਧੀਆਂ ਗੁਰਦੁਆਰੇ ਨਹੀਂ ਆਉਂਦੀਆਂ। ਚਾਰ ਚਪੇਰਾ ਵੇਖ ਲਓ, ਵੇਖੋ ਭਾਗਾਂ ਵਾਲੇ, ਥੋੜ੍ਹਾ ਜਿਹਾ ਸਰੀਰ 'ਤੇ ਪ੍ਰੈਸ਼ਰ ਪਾਓ, ਦਿਮਾਗ 'ਤੇ ਪ੍ਰੈਸ਼ਰ ਪਾਓ। ਜਿਨ੍ਹਾਂ ਕੋਲ ਰੱਬ ਨੇ ਬਹੁਤ ਬਹੁਤ ਦੌਲਤਾਂ ਬਖਸ਼ਤੀਆਂ, ਉਹਨਾਂ ਦੀਆਂ ਨੌਵਾਂ ਨੇ ਅਤੇ ਧੀਆਂ ਨੇ ਐਡੀ ਨੇ ਗੁੱਤਾਂ ਕੱਟਤੀਆਂ, ਰੱਬ ਦੀ ਜ਼ਰੂਰਤ ਕੋਈ ਨਹੀਂ ਰਹਿ ਗਈ। ਪੈਸੇ ਤੱਕ ਜਿਹੜੇ ਸੀਮਤ ਸੀ ਨਾ, ਉਹ ਕਹਿੰਦੇ ਜੀ ਸਾਡੇ ਕੋਲ ਪੈਸੇ ਬਹੁਤ ਨੇ, ਆਪਾਂ ਹੁਣ ਗੁਰਦੁਆਰਾ। ਲੋਕਾਂ ਦਾ ਸੁਭਾਅ ਇਹ ਬਣ ਗਿਆ ਵੀ ਗੁਰੂ ਕੋਲੋਂ ਪੈਸੇ ਮੰਗਣੇ ਚਾਹੀਦਾ। ਨਹੀਂ, ਗੁਰੂ ਦੇ ਕੋਲੋਂ ਉਹ ਦਾਤ ਮੰਗੀ, ਜਾਚਕ ਮੰਗੇ ਨਿਤ ਨਾਮ। ਬੋਲੋ, ਜਾਚਕ ਮੰਗਤਾ ਅਸਲੀ ਉਹ ਆ ਜਿਹੜਾ ਰੋਜ਼ ਆਣ ਕੇ ਇਹਨੂੰ ਇਹ ਆਖੇ ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ, ਆਪਣਾ ਖੈਰ ਦੀਜੇ ਬੰਦਗੀ, ਖੈਰ ਦੀਜੇ ਬੰਦਗੀ, ਖੈਰ। ਭੁੱਖ ਵਾਲੀ ਆਵਾਜ਼ ਨਹੀਂ ਗਈ ਅਜੇ। ਖੈਰ ਦੀਜੇ ਬੰਦਗੀ, ਖੈਰ ਦੀਜੇ ਬੰਦਗੀ, ਖੈਰ। ਜਿੱਦਣ ਤੁਸੀਂ ਕਦੀ ਆਣ ਕੇ ਮੇਰੇ ਮਾਲਕ ਕੋਲੋਂ ਇਹ ਦਾਤਾਂ ਮੰਗੀਆਂ ਨਾ ਸੱਚੀ ਮੁੱਚੀ, ਫਿਰ ਦਾਤਾ ਜਾਊਗਾ ਘਰ ਵਿੱਚ, ਦਾਤਾ ਆ ਗਿਆ ਆਖੋ ਵਾਹਿਗੁਰੂ, ਅਤੇ ਦਾਤਾਂ ਆਪੇ ਹੀ ਆ ਗਈਆਂ। ਦਾਤਾ ਆ ਗਿਆ ਅਤੇ ਦਾਤਾਂ, ਮਗਰ ਤੁਸੀਂ ਚਾਹੁੰਦੇ ਹੋ ਪਰਛਾਵਾਂ ਤਾਂ ਘਰ 'ਚ ਆ ਜਾਏ, ਜਿਹਦਾ ਪਰਛਾਵਾਂ ਉਹ ਨਾ ਆਵੇ। ਇਹ ਜਿੰਨੀਆਂ ਦਾਤਾਂ ਨੇ ਇਹ ਰੱਬ ਦਾ ਪਰਛਾਵਾਂ ਹੈ, ਰੱਬ ਦਾ। ਤੁਸੀਂ ਚਾਹੁੰਦੇ ਹੋ ਪਰਛਾਵਾਂ ਤਾਂ ਸਾਡੇ ਘਰ ਰਹੇ, ਮਗਰ ਜਿਹਦਾ ਪਰਛਾਵਾਂ ਹੈ ਉਹ ਘਰ ਤੋਂ ਬਾਹਰ ਰਹੇ। ਅਤੇ ਗੁਰੂ ਕਿਹਾ ਸਿੱਖਾ ਪਰਛਾਵਾਂ ਜਿਹੜਾ ਹੈ ਨਾ, ਇਹ ਕਦੀ ਕਿਸੇ ਦੇ ਹੱਥ ਵਿੱਚ ਨਹੀਂ ਆਇਆ, ਸਮਾਂ ਦੌੜ ਚੱਲਿਆ, ਟਿਕ ਕੇ ਸੁਣ ਪਰਛਾਵਾਂ। ਮੈਂ ਅੱਗੇ ਵੀ ਆਪ ਜੀ ਨੂੰ, ਧੀਆਂ ਨੂੰ, ਵੀਰਾਂ ਨੂੰ, ਗੁਰਸਿੱਖਾਂ ਨੂੰ ਪੁੱਛਿਆ ਵੀ ਪਰਛਾਵਾਂ ਕਦੀ ਕਿਸੇ ਦੇ ਹੱਥ 'ਚ ਆਇਆ? ਬੋਲੋ। ਅਤੇ ਇੱਕ ਵਾਰ ਤੁਹਾਡੇ ਹੀ ਝੰਡੇ ਲਵਾਣੇ ਦੱਸ ਕੇ ਆਏ ਹਾਂ ਵੀ ਆ ਸਕਦਾ, ਪਰਛਾਵਾਂ ਹੱਥ 'ਚ ਆ ਸਕਦਾ ਹੈ। ਤੁਸੀਂ ਕਹੋ ਜੀ ਕਿਸ ਤਰ੍ਹਾਂ? ਜਿਹਦਾ ਪਰਛਾਵਾਂ ਹੈ ਉਹਨੂੰ ਜੱਫੀ ਪਾ ਲਓ। ਨਹੀਂ ਪਤਾ ਲੱਗਾ? ਨਹੀਂ ਅਜੇ ਨਹੀਂ। ਜਿਹਦਾ ਇਹ ਪਰਛਾਵਾਂ, ਇਹਦਾ ਮੈਂ ਕਿਤਾ ਪੈ ਰਿਹਾ ਨਾ, ਉਸ ਤਰ੍ਹਾਂ ਮੈਂ ਫੜਨਾ ਇੱਥੋਂ ਚਾਹਵਾਂ, ਨਹੀਂ ਫੜ ਸਕਦਾ। ਅਤੇ ਜਿਹਦਾ ਪਰਛਾਵਾਂ ਹੈ ਜਿਵੇਂ, ਅਤੇ ਪਰਛਾਵੇਂ ਵਾਲੀ ਜਗ੍ਹਾ 'ਤੇ ਵੀ ਇਹ ਮੇਰੀ ਬੁੱਕਲ 'ਚ ਆਇਆ ਇੱਕ ਨਹੀਂ। ਬੋਲੋ, ਇਹ ਦੁਨੀਆਂ ਦਾ ਹਰ ਸੁੱਖ ਰੱਬ ਦਾ ਪਰਛਾਵਾਂ ਹੈ। ਜੇ ਤੁਸੀਂ ਰੱਬ ਨੂੰ ਗੱਲ ਵੱਕੜੀ ਪਾ ਲਓ ਅਤੇ ਦੁਨੀਆਂ ਦੀ ਹਰ ਦੌਲਤ ਤੁਹਾਡੇ ਘਰ ਵਿੱਚ ਰਹਿ ਸਕਦੀ। ਲੀਤੜਾ ਲੱਭ ਰੰਗਾਏ, ਅਤੇ ਫਿਰ ਪੁੱਛਿਆ ਗਰੀਬ ਨਿਵਾਜ, ਇਹ ਲੱਭ ਵਿੱਚ ਰੰਗੀ ਹੋਈ ਜੀਵ ਆਤਮਾ, ਇਹ ਤਨ ਜਿਹੜਾ ਹੈ ਮੇਰਾ ਤੁਹਾਨੂੰ ਚੰਗਾ ਲੱਗਦਾ ਹੈ? ਮੇਰਾ ਲੱਭੀ ਮੂੰਹ ਤੁਹਾਨੂੰ ਚੰਗਾ ਲੱਗਦਾ ਹੈ? ਅਤੇ ਗਰੀਬ ਨਿਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਜੀ ਕਹਿੰਦੇ, ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ। ਹੇ ਮੇਰੇ ਪਿਆਰੇ, ਮੇਰੇ ਪਤੀ ਪਰਮੇਸ਼ਰ ਨੂੰ ਲੱਭੀ ਚੋਲਾ ਚੰਗਾ ਨਹੀਂ ਲੱਗਦਾ। ਇਹ ਸਰੀਰ ਕੀ ਹੈ? ਚੋਲਾ। ਬੋਲੋ ਨਾ। ਅਤੇ ਰੰਗ ਕਾਹਦੇ 'ਚ ਲਿਆ ਹੈ? ਲੱਭ 'ਚ। ਇਹ ਲੱਭ
ਰੰਗਿਆ ਹੋਇਆ ਲੱਭ ਵਿੱਚ ਇਹ ਸਰੀਰ ਦਾ ਚੋਲਾ ਮੇਰਾ ਮਾਲਕ ਨੂੰ ਚੰਗਾ ਨਹੀਂ ਲੱਗਦਾ। ਤੁਸੀਂ ਦੱਸੋ, ਇੱਕ ਬੀਬਾ ਰਾਣੀ ਦੇ ਕੱਪੜੇ ਹੀ ਉਹਦੇ ਪਤੀ ਨੂੰ ਪਸੰਦ ਨਾ ਹੋਣ, ਉਹਦਾ ਵੇਸ ਭੇਸ ਹੀ ਉਹਨੂੰ ਪਸੰਦ ਨਾ ਹੋਵੇ, ਅਤੇ ਉਹ ਆਪਣੇ ਮਾਲਕ ਦੀ ਸ਼ੇਜ 'ਤੇ ਨਹੀਂ ਜਾ ਸਕਦੀ। ਕਿਉਂ? ਧਨ ਉੱਚੀ ਨਹੀਂ ਬੋਲਦੇ, ਬੋਲੋ ਨਾ। ਧਨ ਬਣੇ ਇਸਤਰੀ, ਬੋਲੋ ਜਰਾ, ਧਨ ਬਣੇ ਜੀਵ ਇਸਤਰੀ, ਉਸ ਮਾਲਕ ਦੀ ਸ਼ੇਜ 'ਤੇ ਨਹੀਂ ਜਾ ਸਕਦੀ। ਕਿਉਂ? ਧਨ ਸੇਜੇ ਜਾਏ, ਉਸ ਮਾਲਕ ਦੀ ਸ਼ੇਜ ਦਾ ਆਨੰਦ ਕਿਤਨਾ ਮਾਣ ਸਕਦੀ। ਇੱਥੇ ਜਿਹੜੇ ਆਏ ਨੇ ਨਾ, ਅੱਜ ਇਹਨਾਂ 'ਤੇ ਚੋਰ ਹੋ ਰਿਹਾ, ਇਹਦਾ ਨਾਮ ਕਬੀਰ ਹੈ, ਆਖੋ ਵਾਹਿਗੁਰੂ, ਇਹਦਾ ਨਾਮ ਨਾਮਦੇਵ ਹੈ। ਜਿਹੜੇ ਇੱਥੇ ਬੈਠੇ ਨੇ, ਸੁਣ ਰਹੇ ਹੋ ਸਾਰੇ, ਇਹਨਾਂ ਦਾ ਨਾਮ ਕਬੀਰ ਹੈ, ਇਹਨਾਂ ਦਾ ਨਾਮ ਨਾਮਦੇਵ ਹੈ, ਇਹਨਾਂ ਦਾ ਨਾਮ ਰਵਿਦਾਸ ਹੈ। ਇਹਨਾਂ ਨੇ ਆਹ ਚੀਜ਼ਾਂ ਛੱਡੀਆਂ, ਚਾਲਾ ਨਰਾਲੀ, ਬਿਖਮ ਮਾਰਗ, ਕੀ ਛੱਡਿਆ, ਤਾਜ ਤ੍ਰਿਸ਼ਨਾ ਬਹੁਤ ਨਾਹੀਂ। ਇਹਨਾਂ ਨੇ ਲੱਭ ਵੀ ਜੇਬ 'ਚੋਂ ਕੱਢ ਕੇ ਸੁੱਟਤਾ, ਲੋਭ ਵੀ ਸੁੱਟਤਾ, ਅਹੰਕਾਰ ਵੀ ਛੱਡਤਾ, ਤ੍ਰਿਸ਼ਨਾ ਵੀ ਛੱਡਤੀ, ਅਤੇ ਬਹੁਤਾ ਬੋਲਣਾ ਛੱਡ ਦਿੱਤਾ, ਚੁੱਪ ਹੋ ਕੇ ਮਾਲਕ ਦੀ ਰਜ਼ਾ 'ਚ ਬਹਿ ਗਏ। ਆਖੋ ਵਾਹਿਗੁਰੂ। ਇੱਕ ਦਿਨ ਆਇਆ ਰਵਿਦਾਸ ਦੇ ਕੋਲ ਰੱਬ, ਇਤਰਾਂ ਬੈਠੋ ਮੈਨੂੰ ਪਤਾ ਲੱਗੇ ਸੁਚੇਤ ਹੋ ਤੁਸੀਂ। ਰੱਬ ਆ ਗਿਆ ਕਿਹਦੇ ਕੋਲ? ਰਵਿਦਾਸ ਜੀ ਕੋਲ। ਅਤੇ ਕਹਿੰਦੇ, ਭਗਤਾ, ਲੋਕਾਂ ਨੂੰ ਤੂੰ ਕਹਿੰਦਾ ਵੀ ਮੈਂ ਰੱਬ ਦਾ ਯਾਰ ਹਾਂ, ਰੱਬ ਦਾ, ਅਤੇ ਮੈਨੂੰ ਵੀ ਇਸ ਗੱਲ ਦੀ ਬੜੀ ਆਉਂਦੀ ਆ ਵੀ ਮੇਰਾ ਯਾਰ ਹੋਵੇ ਅਤੇ ਜੁੱਤੀਆਂ ਕੰਢਦਾ ਹੋਵੇ। ਅਤੇ ਰਵਿਦਾਸ ਨੇ ਉਹਦੇ ਵੱਲ ਵੇਖਿਆ ਹੀ ਨਹੀਂ। ਕਿਹਦੇ ਵੱਲ? ਜੇ ਕਿਤੇ ਸਾਡੇ ਘਰ ਕੋਈ ਸੰਤ ਆਇਆ ਹੋਵੇ ਅਤੇ ਸਾਨੂੰ ਕਹੇ ਵੀ ਲਿਖਦਾ ਕੋਈ ਸ਼ਬਦ, ਸਾਰੇ ਹੀ ਬੱਚੇ ਕਨੇਡਾ, ਮਹਾਰਾਜ ਅੱਜ ਹੀ ਸਵੇਰੇ ਹੀ ਪਾਸਪੋਰਟ ਭੇਜੋ, ਠੱਪੇ ਲੱਗ ਕੇ ਹੀ ਆਉਣਗੇ। ਹਾਂਜੀ ਬਾਬਾ ਜੀ, ਹਾਂਜੀ ਬਾਬਾ ਜੀ, ਕਰ ਦਿਓ ਕਿਰਪਾ, ਕਰ ਦਿਓ ਕਿਰਪਾ। ਐਸਾ ਕਹਾਂਗੇ ਨਹੀਂ, ਬੋਲੋ ਨਾ, ਆਪਣੇ ਸੁਭਾਅ ਨੂੰ ਪੜ੍ਹੋ। ਕਰਦਾ ਇਹੋ ਜਿਹਾ ਕੋਈ ਜੰਤਰ ਮੰਤਰ, ਤੁਹਾਡੀਆਂ ਟਰਾਲੀਆਂ ਦੇ ਵਿੱਚ ਸਦਾ ਹੀ ਭਾਰਾਂ ਲੱਗੀਆਂ ਰਹਿਣ, ਤੁਹਾਡੀਆਂ ਫਸਲਾਂ ਉਲਟ ਉਲਟ ਕੇ ਪੈਣ। ਜਦੋਂ ਰਵਿਦਾਸ ਨੂੰ ਆਣ ਕੇ ਆਖਿਆ, ਭਗਤਾ ਤੂੰ ਇਹ ਮੇਰਾ ਦੋਸਤ, ਅਤੇ ਲੋਕ ਵੀ ਕਹਿੰਦੇ ਨੇ ਵੀ ਰਵਿਦਾਸ ਰੱਬ ਦਾ ਦੋਸਤ ਹੈ। ਇਹਨੇ ਯਾਰੀ ਲਾ ਕੇ ਆਖਿਆ, ਸਾਚੀ ਪ੍ਰੀਤ ਹਮ ਤੁਮਸਿਓ ਜੋਰੀ, ਤੁਮਸਿਓ ਜੋਰ ਅਵਰ ਸੰਗ ਤੋਰੀ। ਜੇ ਤੂੰ ਭਗਤਾ ਸਾਰਿਆਂ ਨਾਲ ਤੋੜ ਲਈ ਹੈ ਨਾ, ਤਾਂ ਮੈਂ ਵੀ ਤੈਨੂੰ ਅੱਜ ਕੁਝ ਦੇਣਾ ਚਾਹੁੰਦਾ। ਅਤੇ ਰਵਿਦਾਸ ਨੇ ਉਹਦੇ ਮੂੰਹ ਵੱਲ ਹੀ ਨਹੀਂ ਵੇਖਿਆ। ਫਿਰ ਉਹਨੇ ਆਖਿਆ, ਮੋਢੇ 'ਤੇ ਹੱਥ ਲਾ ਕੇ ਆਖਿਆ, ਭਗਤਾ ਮੈਂ ਤੈਨੂੰ ਕੁਝ ਦੇਣਾ ਚਾਹੁੰਦਾ। ਅਤੇ ਭਗਤ ਨੇ ਤਾਂ ਨੇਤਰਾਂ ਹੀ ਨੇਤਰਾਂ ਵਿੱਚ ਪੁੱਛਿਆ ਵੀ ਦੇਣ ਵਾਲੀ ਚੀਜ਼ 'ਤੇ ਤੂੰ ਮੈਨੂੰ ਦੇ ਦਿੱਤੀ? ਨਹੀਂ ਪਤਾ ਲੱਗਾ ਕੀ ਭਲਾ, ਭਗਤੀ ਨਾਮ 'ਤੇ ਤੂੰ ਮੈਨੂੰ ਬਖਸ਼ਤਾ, ਹੁਣ ਇਹਦੇ ਤੋਂ ਉੱਤੇ ਕਿਹੜੀ ਵਸਤੂ ਆ ਜਿਹੜੀ ਮੈਨੂੰ ਦੇਣੀ ਚਾਹੁੰਦਾ ਹੈ? ਅੱਖਾਂ ਹੀ ਅੱਖਾਂ 'ਚ ਵੇਖਿਆ ਉਹਨੇ, ਕਿਹਾ ਆਹ ਜਿਹੜਾ ਪਾਰਸ ਆ, ਇਹ ਜੇ ਲੋਹੇ ਨੂੰ ਵੀ ਲਾਈਏ ਤਾਂ ਸੋਨਾ ਹੋ ਜਾਂਦਾ। ਅਤੇ ਭਗਤਾ ਮੈਂ ਕਈ ਚਿਰ ਤੋਂ ਵੇਖਦਾ ਵੀ ਤੂੰ ਜੁੱਤੀਆਂ ਗੰਢੀ ਜਾਣਾ, ਲੈ ਜਿਹਨੂੰ ਜਿਹਨੂੰ ਲਾਏਗਾ ਸੋਨਾ ਹੁੰਦਾ ਜਾਊ, ਜਦੋਂ ਮੈਂ ਆਉਂਦੇ ਸਾਲ ਨੂੰ ਤੇਰੇ ਕੋਲ ਆਊਂਗਾ ਨਾ। ਆਖੋ ਵਾਹਿਗੁਰੂ। ਅਤੇ ਫਿਰ ਮੇਰਿਆ ਭਗਤਾ ਮਾਲੋ ਮਾਲ ਹੋਈ, ਸੋਨੇ ਦੇ ਮਹਿਲਾਂ 'ਚ ਰਹੀ, ਇੱਥੇ ਖਲੋਤੀ ਜੇ ਮਨੁੱਖਤਾ ਅੱਜ। ਹਰ ਬੰਦਾ ਰੱਬ ਕੋਲ ਮੱਥਾ ਟੇਕਣ ਤਾਂ ਆਉਂਦਾ ਹੈ ਵੀ ਮੇਰਾ ਕੋਈ ਕੰਮ ਸੌਰ ਜੇ। ਸਾਲ ਲੰਘ ਗਿਆ, ਆਖੋ ਵਾਹਿਗੁਰੂ। ਲੱਭ, ਲੋਭ, ਅਹੰਕਾਰ, ਤਾਜ, ਇਹ ਭਗਤ ਤਾਂ ਇੱਥੇ ਆਣ ਕੇ ਬੈਠੇ ਨੇ, ਤਾਂ ਚੌਰ ਹੋ ਰਿਹਾ, ਪਤਾ ਲੱਗ ਰਿਹਾ ਜੀ ਗੁਰਮੁਖੋ, ਤਾਂ ਚੌਰ ਹੋ ਰਿਹਾ ਸਿਰ 'ਤੇ। ਅੱਜ ਤੱਕ ਇੰਦਰ ਆਇਆ, ਮਨਿੰਦਰ ਆਇਆ, ਸ਼ਿਵਜੀ ਆਇਆ, ਵਿਸ਼ਨੂੰ ਆਇਆ, ਰਾਮ ਆਇਆ, ਦੂਸਰਾ ਆਇਆ, ਤੀਸਰਾ, ਕੋਈ ਨਹੀਂ ਬੈਠਾ ਇੱਥੇ। ਉਹ ਭਾਗਾਂ ਵਾਲਿਓ ਸੁਣੋ, ਚਿੱਥੋ, ਕੋਈ ਦੇਵੀ, ਕੋਈ ਦੇਵਤਾ, ਕੋਈ ਪੀਰ, ਕੋਈ ਪੈਗੰਬਰ ਇੱਥੇ ਨਹੀਂ ਬੈਠਾ, 15 ਹੀ ਬੈਠੇ ਨੇ। ਕਿੰਨੇ ਜੀ? ਕੌਣ ਭਲਾ? ਜਿਹਨਾਂ ਭਗਤਾਂ ਦੀ ਅੰਮ੍ਰਿਤ ਬਾਣੀ ਹੈ ਉਹਦੇ ਸਿਰ 'ਤੇ ਚੌਰ ਹੋ ਰਿਹਾ। ਇਹਨਾਂ ਨੇ ਆਪਣੀ ਜੇਬ 'ਚੋਂ ਕੱਢ ਕੇ ਲੱਭ ਵੀ ਸੁੱਟਤਾ, ਲੋਭ ਵੀ ਸੁੱਟਤਾ, ਅਹੰਕਾਰ ਵੀ ਸੁੱਟਤਾ, ਤ੍ਰਿਸ਼ਨਾ ਛੱਡਤੀ, ਅਤੇ ਬਹੁਤਾ ਬੋਲਣ ਵਾਲਾ ਸੁਭਾਅ ਵੀ ਛੱਡਤਾ। ਜਦੋਂ ਸਾਲ ਬਾਅਦ ਆਇਆ ਰੱਬ, ਅਤੇ ਰੱਬ ਨੇ ਵੇਖਿਆ ਵੀ ਉਨੀ ਕੀ ਜਗ੍ਹਾ 'ਤੇ ਬੈਠਾ ਬਾਜ਼ਾਰ ਦੇ ਵਿੱਚ, ਜੁੱਤੀਆਂ ਗੰਢ ਰਿਹਾ। ਭਗਤਾ ਤੂੰ ਤਾਂ ਕੁਝ ਬਦਲਿਆ ਹੀ ਨਹੀਂ, ਲੈ ਜਾ ਆਪਣੀ ਚੀਜ਼। ਅਤੇ ਭਗਤ ਨੇ ਹੱਥ ਜੋੜ ਕੇ ਇਸ਼ਾਰਾ ਕੀਤਾ, ਉਹ ਪਈ ਜਿੱਥੇ ਰੱਖ ਗਿਆ ਮੈਂ ਹੱਥ ਹੀ ਨਹੀਂ ਲਾਇਆ,
इनू कहिंदे लब तों उत्ते उठना लीतड़ा लब रंगाए मेरे। इत्थे जदों तुसीं भाई साहब कोलों अरदास कराउंदे हो ते परची ते लिख के उत्थे जिहड़ा बैठा हुंदा खजानची उह लिखदा है भाई बंता सिंह दे परिवार विच कारोबार च बरकतां पाउणियां। इह लिखिया हुंदा बोलो इहदे परिवार दे विच जी फैल लाई आ इहनां दा वीजा लग जाए। इही हुंदा ना अज तक कोई अरदास चलो जिन्ने चिर दे अज तक जिन्ने वड्डे हो गए हो तुसीं उम्र विच आ गए हो कदी ग्रंथी साहब ने किसी की अरदास की आ। भाई मनजीत सिंह ने दोनों हाथ जोड़ के बेनती की आ जी मेरे परिवार का नितनेम वधे। बोलो हाँ भला बोलो बोलो की सुनी जे कोई अरे संघ दे क्यों जो बोलो कदी ग्रंथी साहब की मुठ विच ये परची दिती होवे मैनू होर कुछ नहीं चाहिए मेरे बच्चे नितनेम करन लग पण नहीं फिर इस तरह का लभी सुभा मेरे मालिक नूं चंगा नहीं लगता। क्यों धन फिर पूछा जी तुहानूं कौन चंगा लगता आ फिर धुनी च गाया मेरे साहब ने हाँ कुरबाने जाऊं मेहरबाना हाँ कुरबाने जाऊं हाँ हाँ कुरबाने जाऊं तिना के लैन जो तेरा नाम हाँ कुर वाहिगुरु 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 अंदरों ये चंगे लगना रब नूं ते लैन जो तेरा नाम आह लक सीधा रखोगे तो टिकाने से बूंद डिगूगी। आखो सतनाम श्री वाहिगुरु हाँ कुरबाने जाओ तेना के लैन जो लैन जो तेरा नाव तेना के हाँ एक मिनट नहीं दो मिनट नहीं तीन मिनट नहीं मेरा जगत गुरु डेरा बाबा नानक वाला करतारपुर साहब वाला मेरा बाबा नानक कहिंदा एक मिनट दो मिनट मैं कुरबान नहीं जांदा सद कुरबाने जाऊँ सदा ही मैं उन्हां तो कुरबान हाँ जिहड़े अमृत वेले उठ के वाहिगुरु का नाम जपदे सानू रंग ता नहीं लगता असी जपते नहीं जिहड़ी चीज़ खांदे होईए ना आखो वाहिगुरु उहदा कोई नाम लै तो मूँह च स्वाद आ जांदा। तुसी पकड़ रहे हो गल मैं की कही जिहड़ी चीज़ मैं आइसक्रीम खाधी होवे मैनू पता होवे भी आइसक्रीम का स्वाद किस तरह का तो जे मैं आइसक्रीम शब्द बोलां तो तुहाडी सुरत विच आ जाणा भी आइसक्रीम इस तरह की मिठी तो ठंडी हुंदी। जदों तुहाडा चौकीदार बार बार नाम दियां गल्लां करदा ना तो इधर वेखो इत्थों मैनूं पता लगा भी सानूं नाम दे स्वाद दा पता नहीं ना जे स्वाद दा हुंदा पता ते गुरु के सिखो नाम दा शब्दी मूँह दे उत्ते आउंदा ते नाम अभ्यासियां नूं रंग चढ़ जांदा हर बिन कछु ना लग गई भगतन को मीठा की जी उची उची बोलो
ਭਗਤਾਂ ਨੂੰ ਹਰੀ ਦੇ ਨਾਮ ਤੋਂ ਬਿਨਾਂ ਕੋਈ ਦੂਸਰੀ ਗੱਲ ਚੰਗੀ ਨਹੀਂ ਲੱਗਦੀ। ਤੁਸੀਂ ਬੜਾ ਕੁਝ ਸੁਣ ਲੈਂਦੇ ਹੋ, ਬੜਾ ਹੀ ਕੁਝ ਅਸੀਂ ਸੁਣ ਲੈਂਦੇ ਹਾਂ, ਆਪਣੀ ਅੰਮ੍ਰਿਤ ਬਾਣੀ ਅਤੇ ਕਿੰਤੂ ਪਰੰਤੂ ਵੀ ਅਸੀਂ ਸੁਣ ਲੈਂਦੇ ਹਾਂ, ਨਿਤਨੇਮ ਦੀਆਂ ਬਾਣੀਆਂ ਅਤੇ ਕੰਤੂ ਪਰੰਤੂ ਅਸੀਂ ਸੁਣ ਲੈਂਦੇ, ਕਿਉਂਕਿ ਸਾਨੂੰ ਨਾਮ ਦਾ ਸਵਾਦ ਨਹੀਂ ਆਇਆ। ਜੇ ਕੋਈ ਇੱਥੇ ਆਣ ਕੇ ਮੇਰੇ ਵਾਲੀ ਜਗ੍ਹਾ 'ਤੇ ਸਟੇਜ 'ਤੇ ਬਹਿ ਕੇ ਕਹਿਣ ਡਿਆ ਹੋਵੇ ਨਾ, ਉਹ ਨਾਮ ਨੂੰ ਜਪਣ ਦੀ ਕੋਈ ਜ਼ਰੂਰਤ ਨਹੀਂ ਜੀ, ਅਤੇ ਤੋਤਾ ਰੱਟਣੇ ਆ, ਆਪਾਂ ਉਹ ਵੀ ਸੁਣ ਲੈਂਦੇ ਹਾਂ। ਇਹ ਤਾਂ ਉਹਨੂੰ ਪੁੱਛ ਕੇ ਵੇਖੋ ਜਿਹਨੇ ਅੱਧੀ ਰਾਤ ਉੱਠ ਕੇ ਰਸ ਪੀਤਾ ਇਹਦਾ, ਇਹ ਉਹਨੂੰ ਪੁੱਛ ਕੇ ਵੇਖੋ 2 ਵਜੇ ਜਿਹਦੇ ਕੇਸਾਂ 'ਚ ਠੰਡਾ ਪਾਣੀ ਪੈ ਗਿਆ, ਜਿਹਦਾ ਚੌਂਕੜਾ ਵੱਜ ਗਿਆ, ਜਿਹਦੀ ਸੁਰਤ ਇਕਾਗਰ ਹੋ ਗਈ, ਸ਼ਬਦ ਅੰਦਰ ਚੱਲਣ ਲੱਗ ਪਿਆ, ਸ਼ਬਦ ਅੰਦਰ ਚੱਲਣ ਲੱਗ ਪਿਆ, ਅਤੇ ਇਹ ਚੌਂਕੜਾ ਮਾਰ ਕੇ ਜੀਵ ਆਤਮਾ ਜਿਤਨਾ ਫੁਆਰੇ ਥੱਲੇ ਬਹਿਦਾ ਇਹ ਬਹਿ ਗਈ, ਇਹਦੇ ਉੱਤੇ ਅੰਮ੍ਰਿਤ ਦਾ ਮੀਂਹ ਵਰ ਰਿਹਾ ਮੀਂਹ। ਇਹ ਜਦੋਂ ਕਮਾਲ ਦੀ ਗੱਲ ਆ, ਪਹਿਲੋਂ ਜਦੋਂ ਬਹਿਣ ਲੱਗਾ ਸੀ ਆਪਣੇ ਹੱਥ ਵੇਖੇ, ਧਿਆਨ ਦਿਓ ਜੀ ਇਹਨਾਂ ਨੂੰ ਹਿਲਾਓ ਯਾਰ ਮੇਰੇ ਵੱਲ, ਜਦੋਂ ਬਹਿਣ ਲੱਗਾ ਸੀ ਉਦੋਂ ਆਪਣੇ ਹੱਥ ਵੇਖੇ, ਅਤੇ ਜਦੋਂ 1.5-2 ਘੰਟੇ ਬਾਅਦ ਅੱਖਾਂ ਖੁੱਲੀਆਂ ਅਤੇ ਉਹ ਹੱਥ ਇੰਨੀਆਂ ਰਹਿਮਤਾਂ ਨਾਲ ਭਰ ਗਏ ਸੀ, ਉਹਨਾਂ ਹੱਥਾਂ ਦੀ ਫੋਟੋ ਹੀ ਬਦਲ ਗਈ ਸੀ। ਜਦੋਂ ਬੈਠਾ ਸੀ ਉਦੋਂ ਚੌਂਕੜੇ 'ਚ ਆਮ ਇਨਸਾਨ ਲੱਗਣ ਡਿਆ ਸੀ, ਧਿਆਨ ਦਿਓ ਜੀ, ਜਦੋਂ ਬੈਠਾ ਸੀ ਉਦੋਂ ਆਮ ਇਨਸਾਨ ਸੀ, ਜਦੋਂ 1.5-2 ਘੰਟੇ ਸਿਮਰਨ ਦੀ ਸਮਾਧੀ 'ਚੋਂ ਆਪਣੇ ਆਪ ਨੂੰ ਵੇਖਿਆ, ਕਹਿੰਦਾ ਇਹ ਮੈਂ ਨਹੀਂ, ਇਹ ਤਾਂ ਕੋਈ ਦੇਵਤਾ ਬੈਠਾ ਹੈ। ਆਪਣੇ ਆਪ 'ਤੇ ਹੀ ਆਪਣੇ ਆਪ 'ਤੇ ਕੈਮਰਾ ਮਾਰ ਰਿਹਾ, ਨਾਮ ਦੀਆਂ ਇੰਨੀਆਂ ਰਹਿਮਤਾਂ ਨੇ, ਕਰਕੇ ਵੇਖੋ। ਆਖੋ ਵਾਹਿਗੁਰੂ, ਗੱਜ ਕੇ ਬੋਲੋ। ਇੱਕ ਮਹਾਤਮਾ ਮੈਨੂੰ ਕਹਿੰਦਾ ਹੁੰਦਾ ਸੀ, ਪਰਮਜੀਤ ਸਿੰਘ ਆ, ਜਦੋਂ 1.5-2 ਘੰਟੇ ਅਭਿਆਸ ਕਰਕੇ ਪੁੱਤਰਾ ਕਦੀ ਆਪਣੇ ਹੱਥਾਂ ਵੱਲ ਵੇਖੋਗੇ ਨਾ, ਇਹਨਾਂ ਹੱਥਾਂ ਵਿੱਚੋਂ ਗੁਰੂ ਨਾਨਕ ਦੇ ਹੱਥ ਦਿਸਣਗੇ। ਗੱਲ ਤਾਂ ਇੰਨੀ ਆ ਵੀ ਉਹ ਨਾਮ ਜਪਦਾ ਸੀ, ਅਸੀਂ ਨਾਮ ਨਹੀਂ ਜਪਦੇ, ਫਰਕ ਇੰਨਾ ਹੀ ਹੈ ਨਾ। ਉਹ 24 ਘੰਟੇ ਨਾਮ ਦੀ ਮੂਰਤ ਸੀ, ਅਸੀਂ 24 ਘੰਟੇ ਚੁਗਲੀ ਨਿੰਦਾ ਦੀ ਮੂਰਤ ਆ, ਫਰਕ ਇੰਨਾ ਹੀ ਆ। ਆਖੋ ਵਾਹਿਗੁਰੂ। ਅੱਖਾਂ ਮੇਰੇ ਵਰਗੀਆਂ, ਜੀਭਾਂ ਮੇਰੇ ਵਰਗੀ, ਨੱਕ ਮੇਰੇ ਵਰਗਾ, ਕੰਨ ਮੇਰੇ ਵਰਗੇ, ਸਿਰ ਮੇਰੇ ਵਰਗਾ, ਦੁਮਾਲਾ ਮੇਰੇ ਵਰਗਾ, ਫਰਕ ਕੀ ਹੈ ਕਰਨੀ ਵਿੱਚ? ਜਦੋਂ ਕਰਨੀ ਨਾਮ ਜਪਣ ਲੱਗ ਪਈ ਤਾਂ ਸੱਚੀ ਮੁੱਚੀ ਭੇਦ ਨਾ ਜਾਣੋ ਮੂਲ, ਸਾਈਂ ਜਿਹੇ ਆ, ਸਾਈਂ ਵਰਗੇ ਹੋ ਗਏ। ਮੇਰੇ ਸਤਿਗੁਰੂ ਅੱਗੇ ਜਾ ਕੇ ਕਹਿੰਦੇ ਅੱਜ ਕੱਲ੍ਹ ਹੋਲੀਆਂ ਦੇ ਵਿੱਚ, ਆਖੋ ਵਾਹਿਗੁਰੂ, ਗੱਜ ਕੇ ਬੋਲੋ ਨਾ। ਕੋਈ ਕਿਸੇ 'ਤੇ ਪਚਕਾਰੀ ਸੁੱਟੀ ਜਾਂਦਾ ਹੈ, ਕੋਈ ਕਿਸੇ 'ਤੇ ਗਾਰਾ ਚੁੱਕ ਕੇ ਸੁੱਟੀ ਜਾਂਦਾ ਹੈ, ਇਹ ਜੀ ਹੋਲੀਆਂ ਖੇਡ ਰਹੇ। ਮੇਰਾ ਗੁਰੂ ਕਹਿੰਦਾ ਜਿੱਦਣ ਉਹ ਰੰਗਣ 'ਤੇ ਆਵੇ ਕਾਇਆ, ਰੰਗਣ ਜੇ ਥੀਏ ਪਿਆਰੇ, ਜੇ ਕਿਤੇ ਕਾਇਆ ਨੂੰ ਰੰਗੇ ਉਹ ਰੰਗਣ ਵਾਲਾ, ਉਹਦੇ ਵਿੱਚ ਇਹ ਚਿੱਕੜ ਦਾ ਰੰਗ ਨਹੀਂ ਪਾਉਂਦਾ। ਫਿਰ ਪਾਈਏ ਢਿੱਲੇ ਪੈ ਗਏ, ਉਹ ਢਿੱਲੇ ਪੈ ਗਏ। ਇਹਨਾਂ ਨੇ ਮੈਨੂੰ ਕਿਹਾ ਸੀ 15 ਮਿੰਟ ਉੱਤੇ ਲਾਉਣ ਲਈ, ਮੈਂ ਤਾਂ ਲਾਉਣ ਲੱਗਾ ਅਤੇ ਤੁਸੀਂ ਢਿੱਲੇ ਹੋ ਰਹੇ ਹੋ। ਵੇਖੋ ਗੁਰੂ, ਸਿੱਖੋ, ਮੁਕਰੋ ਨਾ। ਅਸੀਂ ਟੇਢੇ ਵੇਢੇ ਹੋ ਰਹੇ ਹਾਂ ਤਾਂ ਸਮਝ ਲਓ ਢਿੱਲੇ ਹੋ ਰਹੇ ਹਾਂ। ਹੰਸ ਕਦੀ ਸਰੋਵਰ 'ਤੇ ਵਹਿ ਕੇ ਇਤਨਾ ਨਹੀਂ ਬਹਿੰਦਾ। ਪਕੜ ਰਹੇ ਹੋ ਜੀ, ਜਿਹਨੂੰ 1-1 ਮਿੰਟ ਬਾਅਦ ਮੋਤੀ ਮਿਲਣ ਡਏ ਹੁਣ ਹੰਸ ਨੂੰ ਹੰਸ ਦਾ ਪਤਾ ਜੇ? ਹੰਸ ਸਰੋਵਰ 'ਤੇ ਬੈਠਾ ਕਦੀ ਇਤਨਾ ਬੈਠਾ ਹੋਊ? ਕਿਉਂ? ਉਹਨੂੰ ਪਤਾ ਹੈ ਮੇਰੇ 1-1 ਮਿੰਟ ਬਾਅਦ ਮੇਰੇ ਮੂੰਹ 'ਚ ਕੀ ਪੈ ਰਿਹਾ, ਅਤੇ ਮੋਤੀ ਕਿਤੇ ਛੱਪੜ 'ਚੋਂ ਨਹੀਂ ਮਿਲਣੇ, ਮੋਤੀ ਕਿਸੇ ਨਦੀ 'ਚੋਂ ਨਹੀਂ ਮਿਲਣੇ, ਨਦੀ ਮੋਤੀ ਮਿਲਣੇ ਤਾਂ ਕੇਵਲ ਮਾਨ ਸਰੋਵਰ ਤੋਂ। ਸਿੱਖਾ, ਜਿਹੜੇ ਮੋਤੀ ਤੂੰ ਚੋਗ ਰਿਹਾ ਨਾ, ਹੁਣ ਢਿੱਲਾ ਹੋ ਜਾਂਦਾ ਹੈ, ਇਹ ਸਤਸੰਗਤ ਤੋਂ ਬਿਨਾਂ ਕਿਤੇ ਨਹੀਂ ਮਿਲਣੇ, ਇੱਥੇ ਮਿਲਣੇ ਹੀ, ਇੱਥੇ ਮਿਲਣੇ ਹੀ। ਇਤਨਾ ਸੁਚੇਤ ਹੋ ਕੇ ਬਹਿ। ਲੋਕ ਰੰਗ ਪਾਉਂਦੇ ਫਿਰਦੇ ਕੱਚੇ ਰੰਗ, ਮੇਰਾ ਗੁਰੂ ਕਾਇਆ ਰੰਗਣ ਜੇ ਥੀਏ ਪਿਆਰੇ, ਜਦੋਂ ਰੰਗਣ ਲੱਗਦਾ ਹੈ ਨਾ ਕਾਇਆ ਨੂੰ, ਪਾਈਏ ਨਾਉ ਮਜੀਠ, ਪਾਈਏ ਨਾਉ। ਦੋ ਅਕਸ਼ਰ ਨੇ, ਇੱਕ ਮਜੀਠ, ਇੱਕ ਕੁਸੰਬਾ। ਇੱਕ ਮਜੀਠ, ਕੁਸੰਬਾ ਕਿਹਨੂੰ ਕਹਿੰਦੇ? ਕੱਚਾ ਕੱਚਾ। ਸ਼ਾਬਾਸ਼, ਬੋਲੋ। ਉਹ ਕੁਸੰਬੇ ਦਾ ਰੰਗ 1 ਮਿੰਟ ਲਈ ਚੜ੍ਹਦਾ ਅਤੇ ਉਸੇ ਵੇਲੇ ਲੱਥ ਜਾਂਦਾ, ਮਗਰ ਨਾਮ ਦਾ ਰੰਗ ਜਿਨ੍ਹਾਂ 'ਤੇ ਚੜ੍ਹਦਾ ਹੈ, ਖੋਪਰੀਆਂ ਲੱਥਦੀਆਂ। ਕੀ ਅੱਜ ਭਾਈ
ਮੋਤੀ ਦਾਸ ਦਾ ਮੋਤੀ ਰਾਮ ਦਾ ਸ਼ਹੀਦੀ ਦਿਹਾੜਾ ਮਨਾ ਕੇ ਆਏ ਤੁਹਾਡੇ ਜ਼ਿਲ੍ਹੇ 'ਚ ਗੁਰਦਾਸਪੁਰ। ਵਾਹ ਉਹ ਗੁਰੂ ਗੋਬਿੰਦ ਸਿੰਘ ਦੇ ਆਸ਼ਕਾ, ਦੁੱਧ ਪਿਆਇਆ ਅਤੇ ਹਕੂਮਤ ਨੇ ਆਖਿਆ ਤੈਨੂੰ ਸਜ਼ਾ ਮਿਲਣੀ, ਚੜ੍ਹਿਆ ਸੀ ਨਾ ਅੰਦਰੋਂ ਰੰਗ, ਕੀਤੀ ਸੀ ਨਾ ਸੇਵਾ ਗੁਰੂ ਦੀ ਅਤੇ ਕਹਿਣ ਲੱਗਾ ਮੈਂ ਤਿਆਰ ਹਾਂ। ਕਹਿੰਦੇ ਇਕੱਲੇ ਤੈਨੂੰ ਹੀ ਨਹੀਂ ਤੇਰੇ ਪੁੱਤ ਨੂੰ ਵੀ ਦੇਣੀ ਹੈ। ਅਤੇ ਉੱਥੇ ਉਹਨਾਂ ਨੇ ਗੁਰੂ ਕੇ ਸਿੱਖਾਂ ਨੇ ਫੋਟੋ ਬਣਾ ਕੇ ਲਾਈ ਵੀ ਇੱਕ ਸਾਲ ਦਾ ਡੇਢ ਸਾਲ ਦਾ ਉਹਦਾ ਪੁੱਤ ਕੋਲੂ 'ਚ ਪੀੜ ਰਿਹਾ, ਕੋਲੂ 'ਚ, ਅਤੇ ਪਿਓ ਸਾਹਮਣੇ ਖਲੋਤਾ, ਨਹੀਂ ਪਤਾ ਲੱਗਾ ਅਜੇ ਕਾਹਦੇ 'ਚ ਪੀੜ ਰਿਹਾ, ਅਤੇ ਪਿਓ ਸਾਹਮਣੇ ਖਲੋਤਾ ਵੇਖ ਰਿਹਾ ਹੈ। ਰੰਗ ਰੰਗ ਚੜ੍ਹ ਗਿਆ ਨਾ, ਰੰਗ ਇਹ ਪੱਕਾ ਰੰਗ ਸੀ ਜਿਹੜਾ ਪੁੱਤ ਦੇ ਮੂੰਹ ਵਿੱਚ ਆਣ ਕੇ ਰੰਗ ਫਿੱਕਾ ਨਹੀਂ ਪਿਆ, ਨਹੀਂ ਤਾਂ ਬੜਿਆ ਬੜਿਆ ਦੇ ਰੰਗ ਫਿੱਕੇ ਪੈ ਜਾਂਦੇ। ਆਖੋ ਵਾਹਿਗੁਰੂ, ਆ ਫੜਿਓ ਜਰਾ, ਆਖੋ ਵਾਹਿਗੁਰੂ। ਆਪ ਨੂੰ ਕੋਲੂ 'ਚ ਪੀੜ ਦਿੱਤਾ ਅਤੇ ਪੁੱਤ ਨੂੰ ਕੋਲੂ 'ਚ ਪੀੜਤਾ, ਇਹ ਸੀ ਉਹ ਰੰਗ ਜਿਹਦੀ ਅੱਜ ਗੁਰੂ ਨਾਨਕ ਗੱਲ ਕਰ ਰਿਹਾ। ਭਾਈ ਹੈ ਨਾਂ, ਜਿੱਦਣ ਕਿਤੇ ਨਾਮ ਦਾ ਪੱਕਾ ਰੰਗ ਜੀਵ ਆਤਮਾ 'ਤੇ ਚੜ੍ਹਦਾ ਹੈ, ਰੰਗਣ ਵਾਲਾ ਐਸਾ ਰੰਗ ਨਾ। ਆ ਮੇਰੀਆਂ ਧੀਆਂ ਰਾਣੀਆਂ ਨੇ ਬਸੰਤ ਦੇ ਕੱਪੜੇ ਹੁਣ ਕਈਆਂ ਨੇ ਪਾਏ ਹੁੰਦੇ ਜਿਨ੍ਹਾਂ ਨੂੰ ਰੁੱਤ ਦਾ ਪਤਾ ਹੈ, ਜਿਨ੍ਹਾਂ ਨੂੰ ਗੱਜ ਕੇ ਬੋਲੋ ਵੀ ਕਿਹੜੀ ਰੁੱਤ ਚੱਲ ਰਹੀ। ਬਸੰਤੀ ਕੱਪੜੇ ਕਈਆਂ ਨੇ ਪਾਏ ਹੁੰਦੇ, ਕਈਆਂ ਨੇ ਨੀਲੇ ਗਾੜੇ, ਨੀਲੇ ਵੀ ਕਣਕਾਂ ਵਿੱਚ ਫੁੱਲ ਖਿੜਦੇ ਨੇ, ਜੋ ਕੁਦਰਤ ਵਿੱਚ ਖਿੜਿਆ ਹੈ ਉਹੋ ਜਿਹੇ ਸੂਟ ਕਈਆਂ ਧੀਆਂ ਨੇ ਵੀਰਾਂ ਨੇ ਦਮਾਲੇ ਬੱਧੇ ਹੁੰਦੇ। ਆਂਦੇ ਇਹ ਜਿੰਨੇ ਰੰਗ ਨੇ ਨਾ ਬਾਹਰ ਦੇ, ਇਹ ਦੋ ਚਾਰ ਪੰਜ ਦਿਨ ਦੇ ਪ੍ਰਾਹੁਣੇ ਨੇ, ਅਤੇ ਜੇ ਨੀਲਾ ਸੂਟ ਮੇਰੀ ਇੱਕ ਧੀ ਨੇ ਪਾਇਆ ਤਾਂ ਹੋ ਸਕਦਾ ਬਾਜ਼ਾਰ 'ਚ ਕਿਸੇ ਹੋਰ ਵੀ ਪਾਇਆ ਹੋਵੇ। ਧਿਆਨ ਦਿਓ ਜੀ ਕੀ ਆਖਿਆ ਮੈਂ, ਜੇ ਇੱਕ ਨੇ ਪਾਇਆ ਤਾਂ ਹੋ ਸਕਦਾ ਬਾਜ਼ਾਰ 'ਚ ਕਿਸੇ ਹੋਰ ਵੀ ਪਾਇਆ ਹੋਵੇ, ਤੀਸਰੀ ਨੇ ਪਾਇਆ ਹੋਵੇ, ਚੌਥੀ ਨੇ ਪਾਇਆ ਹੋਵੇ, ਮਗਰ ਜਿਹੜਾ ਇਹ ਮਜੀਠਾ ਰੰਗ ਹੈ, ਪੱਕਾ ਰੰਗ ਹੈ, ਐਸਾ ਰੰਗ ਨਾ ਕਿੱਥੇ ਮਿਲਦਾ ਫਿਰ। ਇਹ ਹਰ ਇੱਕ 'ਤੇ ਥੋੜ੍ਹਾ ਚੜ੍ਹਦਾ ਹੈ, ਇਹ ਬਾਜ਼ਾਰ 'ਚ ਤੁਹਾਨੂੰ ਨਹੀਂ ਮਿਲੂਗਾ। ਧਿਆਨ ਦਿਓ ਜੀ, ਬਾਜ਼ਾਰ 'ਚ ਜਾ ਕੇ ਬਹੁਤੇ ਲੋਕਾਂ ਦੇ ਚਿਹਰਿਆਂ 'ਤੇ ਇਹ ਰੰਗ ਚੜ੍ਹਿਆ ਨਹੀਂ ਵੇਖੋਗੇ। ਲੀਤੜਾ ਲੱਭ ਰੰਗਾਏ, ਲੀਤੜਾ ਜੇ ਟਨ ਟਨ ਕਰਦੇ ਮਣਕੇ ਵੀ ਡਿੱਗ ਰਹੇ ਨੇ ਨਾ, ਮਾਲਾ ਫਿਰ ਰਹੀ ਆ, ਤਾਂ ਉਹਦੇ ਪਿੱਛੇ ਕੋਈ ਲੱਭ ਹੈ। ਕੀ ਜੀ, ਇੱਕ ਬਚਨ ਦੱਸ ਰਹੇ ਕੀਤਾ ਸੀ, ਆਖੋ ਵਾਹਿਗੁਰੂ। ਵੀ ਇੱਕ ਮਹਾਤਮਾ ਸੀ, ਉਹਨੂੰ ਪੁੱਛਿਆ ਜੀ ਭਗਤੀ ਕਰਦੇ ਹੋ, ਕਹਿੰਦੇ ਗੁਰੂ ਦੀ ਕਿਰਪਾ ਨਾ ਕਰਦਾ। ਕਹਿੰਦੇ ਕੁਝ ਬਣਨਾ ਚਾਹੁੰਦੇ ਹੋ? ਹਾਜ਼ਰ ਜੀ, ਕੀ ਪੁੱਛਿਆ? ਅਤੇ ਸੱਚੀ ਮੁੱਚੀ ਲੋਕ ਬੰਦਗੀ ਕਰਕੇ ਬੋਲੋ, ਇੱਥੋਂ ਟਿਕਟਾਂ ਲੈ ਕੇ ਜਿਹੜੇ ਫਿਰੋਜ਼ਪੁਰ ਵੱਲ ਨੂੰ ਜਾਂਦੇ, ਲੁਧਿਆਣੇ ਵੱਲ ਨੂੰ, ਮੋਗੇ ਵੱਲ ਨੂੰ, ਕੀ ਕਰਨ ਜਾਂਦੇ ਨੇ? ਉਹ ਬਣਨ ਜਾਂਦੇ ਨੇ। ਕੀ ਜੀ? ਬਣਨ ਜਾਂਦੇ ਟਿਕਟਾਂ ਲੈ ਕੇ, ਵੀ ਉੱਥੋਂ ਜੀ ਕੀ ਬਣ ਕੇ ਆਵਾਂਗੇ? ਬ੍ਰਹਮ ਗਿਆਨੀ ਬਣ ਕੇ ਆਵਾਂਗੇ। ਉਹਨੂੰ ਮਹਾਤਮਾ ਨੂੰ ਮੈਂ ਪੁੱਛਿਆ ਜੀ ਤੁਸੀਂ ਭਗਤੀ ਕਰਦੇ ਹੋ, ਤੁਸੀਂ ਕੀ ਕਰਨ ਨੂੰ ਕਰਦੇ ਹੋ? ਕਹਿੰਦਾ ਮੈਂ ਬਣਨ ਨੂੰ ਨਹੀਂ ਕਰਦਾ। ਤੂੰ ਕੀ ਕਰਦਾ ਹੈ? ਕਹਿੰਦਾ ਮਿਟਣ ਨੂੰ। ਨਹੀਂ ਪਤਾ ਲੱਗਾ ਕੀ ਜੀ? ਚੌਂਕੜਾ ਮਾਰ ਵੀ, ਕਾਹਦੇ ਲਈ ਭਗਤੀ ਕਰਨਾ? ਮਿਟਣ ਦਾ ਮਤਲਬ ਵੀ ਆ ਗਿਆ ਜੇ ਕਿ ਵੈਸੇ ਕਹਿ ਰਹੇ ਹੋ, ਆਪਣੀ ਹੋਂਦ ਮਿਟਾ ਦੇਣੀ। ਸਿਮਰ ਸਿਮਰ ਕੇ, ਸਿਮਰ ਸਿਮਰ ਕੇ, ਆ ਜਿਹੜੀ ਖਸਖਾਸ ਹੁੰਦੀ ਨਾ ਖਸਖਾਸ, ਆਖੋ ਵਾਹਿਗੁਰੂ, ਇਹਨੂੰ ਜਿੰਨਾ ਰਗੜੀਏ ਜਿੰਨਾ ਰਗੜੀਏ ਇਹਦਾ ਅੰਕੁਰ ਨਹੀਂ ਮਰਦਾ। ਬੰਦਾ ਜਿੰਨਾ ਮਰਜ਼ੀ ਬੰਦਗੀ ਕਰੇ, ਜਿੰਨਾ ਮਰਜ਼ੀ ਬੰਦਗੀ ਕਰੇ, ਇਹਦੇ ਅੰਦਰੋਂ ਹਉਮੈ ਨਹੀਂ ਮਰਦੀ। ਮਗਰ ਇੱਕ ਫਕੀਰ ਹੁੰਦੇ ਨੇ ਜਿਹੜੇ ਸਾਰਾ ਜ਼ੋਰ ਇਸ ਗੱਲ 'ਤੇ ਲਾ ਦਿੰਦੇ ਮੇਰੀ ਹਉਮੈ ਮਰ ਜਾਏ। ਨਹੀਂ ਪਤਾ ਲੱਗਾ ਮੇਰੀ, ਮਗਰ ਸੰਸਾਰ 'ਚ 99 ਅਤੇ ਨਾਲ ਜੀਰੋ ਲਾ ਕੇ ਫਿਰ 99, ਇੰਨੇ ਲੋਕ ਨੇ ਜਿਹੜੇ ਇਸ ਤਰ੍ਹਾਂ ਕਹਿੰਦੇ ਗੁਰੂ 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 ਗੁਰੂ, ਵੀ ਮੈਨੂੰ ਲੋਕ ਆਖਣ ਇਹਦੀ ਅਵਸਥਾ ਬਣ ਚੁੱਕੀ ਹੈ। ਨਹੀਂ ਪਤਾ ਲੱਗ ਰਿਹਾ ਜੀ, ਪਕੜ ਨਹੀਂ ਆ ਰਹੀ ਗੱਲ। ਵਾਹਿਗੁਰੂ ਦੇ ਨਾਮ ਨਾਲ ਬੁੱਲ ਵੀ ਹਿਲਾਉਂਦਾ ਹੈ, ਮਾਲਾ ਵੀ ਫੇਰਦਾ, ਅਤੇ ਕੀ ਕਹਿੰਦੇ ਵੀ ਇਹਨੂੰ ਆਖਣੇ ਤਾਂ ਬੜਾ ਵੱਡਾ ਮਹਾਤਮਾ ਹੋ ਗਿਆ, ਬਣਿਆ ਹੈ, ਪਕੜ 'ਚ ਨਹੀਂ ਰਹੇ। ਫਿਰ ਬਣਨ ਲਈ ਭਗਤੀ ਕਰ ਰਿਹਾ ਵੀ ਮੈਂ ਸਭ ਤੋਂ ਵੱਡਾ ਬਣ ਜਾਂ ਅਭਿਆਸੀ, ਵੀ ਮੈਨੂੰ ਲੋਕ ਆਖਣ ਬੱਲੇ ਬੱਲੇ ਬੱਲੇ। ਬਟਾਲੇ ਵਿੱਚ ਜਿਹੜਾ ਆਹ ਹਰਬੰਸ ਸਿੰਘ ਰਹਿੰਦਾ ਨਾ, ਇਹਦੇ ਜਿੱਡਾ ਕੋਈ ਅਭਿਆਸੀ ਨਹੀਂ। ਮਗਰ ਕਈ ਇਸ ਤਰ੍ਹਾਂ ਦੀ ਭਗਤੀ ਕਰਦੇ ਹੋਣ, ਨਜ਼ੀਕ ਖੁਦਾਏ ਦੇ ਭੇਤ ਨਾ ਕਿਸੇ ਦੇ, ਮਿਟੀ ਜਾਂਦੇ, ਮਿਟੀ ਜਾਂਦੇ।
साहब कहते जिहड़ा ये रंग है ना ऐसा रंग ना ते अगे जा के आख्या फिर वो रब नू लभदे ने कहिंदे लभण दी जरूरत ही नहीं उहनां नू रहिंदी जिनके चोले जिन्हां दे ये शरीर रूपी चोले उस मालक दे रंग च रंगे रहिंदे रब उहनां तों दूर कदी हुंदा ही नहीं। रब सची मुची रंगी हुई आत्मा नू वेखना चाहुंदा है। आखो हे गुरु गज के बोलो ना रब रंगी हुई आत्मा नू वेखना चाहुंदा है। जिहड़ी रंगी रूह होवे ना रंगी मेरा धन गुरु गोबिंद सिंह साहब पातशाह ही ना जिहड़ा ये आनंदपुर साहब तो 50 सिंघां दा लंगर ते 2 बाल्टियां दाल दियां एक इधर सब्जी दी ते सिर ते प्रशादे चुके ये तारागढ़ रोज़ जांदे सी लै के तारागढ़ गुरद्वारा तारागढ़ साहब वेख्या कि नहीं नहीं वेख्या बहुत घट रूहां ने वेख्या। इधरले पासे नूं जिथे दशमेश अकैडमी आ इधरले पासे एक गुरद्वारा किला है तारागढ़ साहब उहदे विच 700 ब्रह्म ज्ञानी रहिंदे सी जिन्हां दा काम केवल नाम जपना सी केवल नाम जपना ते नाम जपदे जपदे पूरे ही रंगे गए सी ते साहब उहनां दे लंगर भी आप लै के जांदे सी ते फिर लंगर छका के उहनां दे भांडे भी आप मांजदे सी। जिनके चोले रतड़े प्यारे कंत तिना कै पास धूड़ तिना की जे मिले जी कहो नानक की अरदास। असी ते कहना गुरु की धूड़ मिले मेरा साहब कहिंदा जिहड़ियां रंगियां ने उहनां दी धूड़ मैनू मिले ते अज हथ जोड़ के तुसी ते मैं बेनती कर लईए साहिबा ये रंग चढ़दा कितना सारी सारी रात बहीए उठ के कोशिश करिए समाधियां लाइए चौंकड़े मारीे तो फिर चढ़दा है। कहिंदे नहीं ओ सजना अपने आप कीते जे किते रंग चढ़दा हुंदा आपण किया जे मिले सब को भगत होए जिहड़े 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 किते अपने आप मिल सकदा हुंदा सारे ही भागां वाले बन जांदे चलो कोई गल नहीं बह जाओ अद्धी अद्धी रात तक रब मिल जू ना 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 आपे साजे उन्हें आप ही इस जीव नू साजिया है ते बुरश लैके रंग दा भी आप ही आ अपने आप रंग भी नहीं किसी ते चढ़ना। आखो वाहिगुरु की क्या ये भी खेल उहदे हथ विच ही है रंग चाढ़ना भी उहदे हथ विच ही आ आपे साजे आपे रंगे आपे नजर करे आप ही वह नजर करता है सारिया कहानियां उहदे हथ विच ही ने सारा खेल उहदे हथ विच ही आ। आखो वाहिगुरु नानक कमण कंत भावे पुछया जी जे वह आप ही साजदा आप ही रंगदा तो फिर जीव आत्मा के हथ विच की है पकड़ रहे पुत तू भी ध्यान सुन रही है पकड़ रहे हो जे वह आप ही साजदा तो आपे ही रंगदा तो जीव आत्मा के हथ विच की है कहिंदे ये सिर्फ उन्हूं चंगी लगे नहीं पता लगा नानक कामण कामण मैने जीव आत्मा कंतै भावे कंतै ये वो काम ना करे जिहड़े पति नू चंगे नहीं लगते एक लब्बां च भंगड़ा ना पावे। आखो वाहिगुरु ये विआह पैलसां दे विच हुण चुप हो गईआं जी बोलो ना बोलो ये भंगड़े ना पावे ये परवटे ना कटे ये गुत्तां ना कटे ये दाड़ियां ना कट्टण ये चंगे काम करन जिहड़े काम गुरु नू चंगे लगदे नानक कामण कंतै भावे कामण मैंने मैं की दस्या जीव इस्त्री मालक दे रहनी रहे ये रहत विच पक्की रवे फिर आपे ही रावे आपे ही फिर आप ही वह इनू सुहागण कर लैंदा है आप ही अपनी बना लैंदा है जिहड़ा बंदा रहत विच रहिंदा है रहत विच इत्थों तक भी नहीं। आखो वाहिगुरु गज के बोलो ना जिस औरत ने अपने पति का दिल जित लिया होवे ध्यान दिओ जी एक मिनट रहिंदा जिस औरत ने अपने पति का दिल जित लिया होवे वह पति कहिंदा चैकबुक मैं तेरे नाँ ते बना के लियाती इतना है कि नहीं मैनू पता है भी तू फालतू खर्च नहीं करना तू समझदार है तू सियाणी हो गई है लै मैं तो कितने काम ते गया हुंना सारी पेमेंट तू करिया कर
ਸੱਜੀ ਮੁੱਚੀ ਰਹਿਤ ਵਾਲੇ ਸਿੱਖ ਨੂੰ ਵੀ ਗੁਰੂ ਕਹਿੰਦਾ। ਮੇਰੀ ਜਗ੍ਹਾ 'ਤੇ ਹੁਣ ਤੁਸੀਂ ਤਖ਼ਤ 'ਤੇ ਬੈਠੋ, ਬਾਲਿਆ ਕਿ ਨਹੀਂ ਬੋਲੋ, ਪੰਜਾਂ ਪਿਆਰਿਆਂ ਨੂੰ ਬਾਲਿਆ ਕਿ ਨਹੀਂ ਬੋਲੋ ਨਾ, ਰਹਿਤ ਵਿੱਚ ਆ ਗਏ ਹੋ, ਰਹਿਤ ਤੁਸੀਂ ਤਿਆਰ ਹੋ ਗਏ ਹੋ, ਅੱਜ ਤੋਂ ਬਾਅਦ ਜਿਹੜਾ ਮੈਂ ਅੰਮ੍ਰਿਤ ਦਾ ਬਾਟਾ ਦੇਣਾ, ਹੁਣ ਤੁਸੀਂ ਪੰਜ ਦਿਆ ਕਰੋ, ਤੁਸੀਂ ਚੈੱਕ ਕੱਟਿਆ ਕਰੋ, ਤੁਸੀਂ ਪੇਮੈਂਟ ਕਰਿਆ ਕਰੋ, ਤੁਸੀਂ ਨਗੁਰਿਆਂ ਨੂੰ ਗੁਰੂ ਵਾਲੇ ਬਣਾਇਆ ਕਰੋ, ਤੁਸੀਂ ਨਖਸਮਿਆਂ ਨੂੰ ਖਸਮ ਵਾਲੇ ਬਣਾਇਆ ਕਰੋ, ਤੁਸੀਂ ਗਰੀਬਾਂ ਨੂੰ ਅਮੀਰ ਬਣਾਇਆ ਕਰੋ। ਸਾਰੀ ਸਰਦਾਰੀ ਤੁਹਾਨੂੰ ਦੇ ਦਿੱਤੀ, ਦੇ ਦਿੰਦਾ ਇਹ ਸੱਚੀ ਮੁੱਚੀ, ਤੁਹਾਨੂੰ ਵੀ ਦਊਗਾ ਜੇ ਤੁਸੀਂ ਰਹਿਤ 'ਚ ਪੱਕੇ ਰਹੋਗੇ। ਵੈਸੇ ਸੰਸਾਰ ਦਾ ਅੱਜ ਦਾ ਸਮਾਂ ਜਿਹੜਾ ਹੈ, ਗੁਰੂ ਕੇ ਸਿੱਖੋ ਸੁਹਾਗਣ ਲੱਭਣੀ ਬੜੀ ਔਖੀ। ਮੈਂ ਕੀ ਕਿਹਾ, ਖਸਮ ਵਸਾਰੇ ਕਮਜਾਤਾਂ ਤਾਂ ਮੇਰੇ ਵਰਗੀਆਂ ਬੇਅੰਤ ਮਿਲਣਗੀਆਂ। ਕਮਜਾਤ ਦੇ ਲੱਛਣ ਕੀ ਹੁੰਦੇ, ਜਿਹੜੀ ਪਤੀ ਤੋਂ ਇਲਾਵਾ ਕਿਸੇ ਹੋਰ ਵੱਲ ਵਹਿੰਦੀ ਹੋਵੇ। ਅਤੇ ਅੱਜ ਸਾਡੇ ਸ਼ਹਿਰ ਦੇ ਵਿੱਚ ਪਤਾ ਨਹੀਂ ਕਿੰਨੇ ਖੀਰ ਵੰਡਣ ਵਾਲੇ ਬਾਬੇ ਤੁਰੇ ਫਿਰਦੇ, ਉੱਥੇ ਵੀ ਭੀੜ ਲੱਗੀ, ਮੰਨਦੇ ਹੋ ਕਿ ਨਹੀਂ, ਬੋਲੋ ਨਾ, ਉੱਥੇ ਵੀ। ਅਤੇ ਕਮਾਲ ਦੀ ਗੱਲ, ਉਹਨਾਂ ਦੇ ਸਿਰਾਂ 'ਤੇ ਵੀ ਪੱਗਾਂ, ਉਹ ਗੁਰਦੁਆਰੇ ਵੀ ਆਉਂਦੇ ਨੇ। ਆਖੋ ਵਾਹਿਗੁਰੂ, ਇੱਥੇ ਵੀ ਪਿਆਰ ਅਤੇ ਖੀਰ ਵਾਲੇ ਨਾਲ ਵੀ ਪਿਆਰ, ਸਮਝ ਲਓ ਕਮਜਾਤ ਆ ਰੂਹ, ਖਸਮ ਵਸਾਰੇ। ਕਮਜਾਤ ਉਹ ਰੂਹ ਹੁੰਦੀ ਹੈ ਜਿਹੜੀ ਪਤੀ ਨੂੰ ਛੱਡ ਕੇ ਕਿਸੇ ਹੋਰ ਵੱਲ ਵੇਖੇ, ਇਹ ਬੜੀ ਕਮਜਾਤ ਜੇ। ਗੁਰੂ ਕੇ ਸਿੱਖੋ ਜੇ ਸੁਹਾਗਣ ਬਣਨਾ ਹੈ ਨਾ, ਆਖੋ ਵਾਹਿਗੁਰੂ, ਰੱਜ ਕੇ ਬੋਲੋ ਨਾ। ਸੁਹਾਗਣ ਦੇ ਕੋਈ ਲੱਛਣ ਲਿਖੇ ਜੇ, ਨਾਨਕ ਬੋਲੋ, ਨਾਨਕ ਸੁਹਾਗਣ ਕਾ ਕਿਆ ਚੇਨ ਹੈ। ਚੇਨ ਮਣੇ ਕੀ ਸੁਹਾਗਣ ਦੀ ਨਿਸ਼ਾਨੀ ਆ। ਸੁਹਾਗਣ ਕਿਹਨੂੰ ਕਹਿੰਦੇ, ਅੰਦਰ ਸੱਚ ਬੋਲੋ, ਮੁੱਖ ਉਜਲਾ, ਅੰਦਰੋਂ ਸੱਚ ਨਾਲ ਲੱਭਾ ਲੱਭ ਭਰੀ ਹੁੰਦੀ। ਅਤੇ ਸੱਚੀ ਮੁੱਚੀ ਜਿਹੜੀ ਔਰਤ ਆਪਣੇ ਪਤੀ ਦੇ ਧਰਮ 'ਚ ਪੱਕੀ ਹੁੰਦੀ ਹੈ ਨਾ, ਉਹਨੂੰ ਕਰੀਮਾ ਲਾਉਣ ਦੀ ਜ਼ਰੂਰਤ ਨਹੀਂ ਨਾ, ਉਹਦਾ ਸੱਚ ਹੀ ਉਹਦਾ ਸ਼ਿੰਗਾਰ ਆ। ਨਹੀਂ ਪਤਾ ਲੱਗਾ ਉਹਦਾ, ਪਰਸੋਂ ਚੌਥੇ ਲੁਧਿਆਣੇ ਕਥਾ ਕੀਤੀ ਅਤੇ ਉਹ ਕਹਿੰਦੀ ਇੱਕ ਬੀਬਾ ਰਾਣੀ, ਵੀਰ ਜੀ ਮੇਰੇ ਕੋਲ ਸਿਮਰਨ ਪੂਰਾ ਨਹੀਂ ਹੁੰਦਾ। ਮੈਂ ਕਿਹਾ ਬੀਬਾ ਰਾਣੀ, ਤੇਰੇ ਲਈ ਤਾਂ ਇੱਕ ਸ਼ਬਦ ਗੁਰੂ ਲਿਖ ਗਿਆ, ਆਖੋ ਵਾਹਿਗੁਰੂ। ਜਿਹੜੀ ਔਰਤ ਆਪਣੇ ਪਤੀ ਦੇ ਧਰਮ 'ਚ ਪੱਕੀ ਆ, ਉਹ ਸਿਮਰਨ ਘੱਟ ਵੀ ਕਰੇ, ਉਹਦਾ ਤਾਂ ਵੀ ਚਿਹਰਾ ਉਜਲਾ ਹੋ। ਜਿਹੜਾ ਪਤੀ, ਜਿਹੜਾ ਪਤੀ 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 ਆਪਣੀ ਪਤਨੀ ਦੇ ਧਰਮ 'ਚ ਪੱਕਾ ਆ, ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਮੈਂ 98 ਨੰਬਰ ਦੇ ਦੂੰ, 100 ਚੋਂ 98 ਨੰਬਰ ਦੇ ਦੂੰ। ਅਤੇ ਜੇ ਧਰਮ 'ਚੋਂ ਕੋ ਗਿਰੀ ਆ, ਕਹੋ ਨਾਨਕ ਜਿਨ ਪਿਰਿਓ ਪਰਮੇਸ਼ੁਰ ਕਰ ਜਾਂਦਿਆਂ, ਜਿਨ ਔਰਤ ਨੇ ਪਤੀ ਨੂੰ ਪਰਮੇਸ਼ੁਰ ਕਰਕੇ ਮੰਨਿਆ, ਉਹ ਧਨ ਸਤੀ ਦਰਗੇ ਪ੍ਰਵਾਨ ਆ, ਧਨ ਸਤੀ ਉਹ ਦਰਗਾਹ ਤੱਕ ਪ੍ਰਵਾਨ ਹੋ ਜਾਂਦੀ ਹੈ ਜੀ, ਪਤੀ ਨੂੰ ਪਰਮੇਸ਼ੁਰ ਮੰਨ ਕੇ ਕਹਿੰਦੀ ਤੇਰੇ ਤੋਂ ਇਲਾਵਾ ਨਹੀਂ ਹੁਣ ਕੋਈ, ਇਹ ਸਾਰੇ ਮੇਰੇ ਭਰਾ ਹੋ ਸਕਦੇ ਨੇ, ਮੇਰੇ ਪੁੱਤਰ ਹੋ ਸਕਦੇ, ਮੇਰੇ ਬਾਪ ਹੋ ਸਕਦੇ ਨੇ, ਖਸਮ ਮੇਰਾ ਕੇਵਲ ਤੂੰ ਹੈ ਜਿਹਦੇ ਪਿੱਛੇ ਮੈਂ ਚਾਰ ਲਾਵਾਂ ਲਈਆਂ ਨੇ। ਗੁਰੂ ਕੇ ਸਿੱਖੋ ਇੱਥੇ ਆਣ ਕੇ ਖਲੋ ਜੋ, ਫਿਰ ਆਪੇ ਸਾਜੇ, ਆਪੇ ਰੰਗੇ, ਆਪੇ ਨਦਰ ਕਰੇ, ਨਾਨਕ ਕਾਮਣ ਨਹੀਂ ਪੁੱਤਰ, ਨਹੀਂ ਨਹੀਂ, ਬਸ ਸ਼ਬਦ ਮੰਨੀਦਾ, ਨਾਮ ਜਪ ਲਓ ਦੋ ਚਾਰ ਮਿੰਟ, ਕਹਿੰਦੇ ਹੋਰ ਜਪਾ ਦਿਓ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਰੇ ਤੁਰੇ ਜਾਂਦੇ ਨੂੰ ਪਿਆਸ ਲੱਗ ਗਈ, ਦੋ ਮਿੰਟ ਹੋਰ ਦੇ ਦਿਓ, ਗੁਰਮੁਖਾਂ ਦਾ ਹੁਕਮ ਹੋਇਆ ਸਿਰਫ ਦੋ ਚਾਰ ਮਿੰਟ। ਪਿਆਸ ਲੱਗ ਗਈ ਅਤੇ ਖੂਹ ਨੂੰ ਤੁਰ ਪਿਆ, ਤੁਰਿਆ ਜਾਣ ਡਿਆ ਸੀ, ਸੁਰਤ ਜੁੜੀ ਸੀ ਰੱਬ ਦੇ ਚਰਨਾਂ ਨਾਲ, ਚਿੜੀਆਂ ਚੂੰ ਚੂੰ ਕਰਦੀਆਂ ਸੀ, ਇਹ ਕਥਾ ਸੁਣੀ ਆਪ ਜੀ ਨੇ। ਅਤੇ ਸੁਰਤ ਡਿਸਟਰਬ ਹੋਈ, ਕਹਿਣ ਲੱਗਾ ਤੁਸੀਂ ਕੀ ਰੌਲਾ ਪਾਇਆ, ਪਰੇ ਮਰੋ,
इस तरह लोगों की कहानी बनाई। गुरबाणी च प्रमाणित नहीं है, पहलों कह लाँ आखो वाहेगुरु, क्योंकि मारे राखे एको आप आदि हथ च पावर आ, मगर कहानी बनाने वाले ने साखी बनाने वाले इस तरह बनाई भी शब्द उत्ते इन्ना जोर सी भी वह चिड़िया मर गई। उस वेले कहिंदा जे है तो पाप हो गया, अजे इत्थे सुरत खलोती सी इह ते जे मेरे करके मरिया जे तो जिंदियां हो जाऊँ। बस आ दो कौतक वेखे तिन अंतर होमे अंदर कंडा चुभ गया, वेख्या तेरी ते तपस्या पूरी होगी, तू ते मालक तक पहुँच गए, तेरे कहने ते कोई मर भी जाता है, तेरे कहने ते कोई जिंदा भी हो जाता है। अख वाहिगुरु, पता लगे, पता लगा की क्या, तेरे कहने ते कोई ते तेरे कहने ते कोई जिंदा भी हो जाता है। अगे खूह के उत्ते एक तुहाडे वर्गी मेरी भैन बच्ची नाम दे रंग विच रंगी हुई, ना गल्लां करो, नाम दे रंग विच रंगी हुई पानी भरन रही सी, ते इन्हें आख्या मैं पानी पीना, ते उहदे कोल चले गया ते वह पानी डोल भर भर के थले सुट्टी जावे, एक वेख्या दो आख्या तीन वेख्या चार वेख्या पंज वेखे डोल सुट दी नूं वेख्या, फिर खिंड गई ना सुरत। मैं तुहानूं वेख वेख के जी रहा सां कि तुसीं रंगे पए हो, मगर तुसीं वी कमा ही रहे हो ना। आखो वाहेगुरु, गुस्ताख बचिए इस तरह बोलिया, पानी रोड़ी जानी मैनू पियाया ही नहीं, तो वह जी सुहागण सी ना सुहागण ओदी किन्नी पावर सी, उन्हें आख्या बाबा उच्ची बोलन की जरूरत नहीं, ये चिड़िया नहीं भी जड़ियाँ तेरे कहने मर जाएंगियां तो जूंदियां हो जाएंगियां, इधर अखां चुक के वेख के सुहागण खलोती सुहागण पैर थल्लों जमीन निकल गई। इनू किस तरह पता भी चिड़िया मरिया तो चिड़िया जिंदिया हो गई, इशारा देन नू साखी वाले ने इस तरह के बनाए। आखो वाहेगुरु, तो इस तरह जिहड़े फकीर हुंदे ना, किसी ने तुहाडे चो फकीरां दी संगत कीती होवे, नेमियां दी बहुत कीती, प्रेमियां दी किसे किसे ने कीती, मैं की कहा भला, प्रेमियां दी कोई संगत करदा प्रेमी रूहां वो एक दूसरे नूं पुछदियां तू कि तरह पाया नहीं, रूह ना गल कर दे भावे बंदे ही खलोते होण की गल करदे ने, तू नी 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 रूह नूं गल मुखातब कर दे तू कि तरह पाया नहीं। तो सुहागण बोली बाबा मैं जिस दिन पहले दिन ब्याही आई सा ना उस दिन मेरा डोला दूरों आया सी, ते मेरे पति ने मेरे को रात पानी मंगया, पानी सुन रहे हो, पानी मंगया, तो मैं पानी लैन खूह ते चले गई, तो वह आंदियां नूं सौं गया, कौन पति, तो जदों उहदी अख लग गई तो मैं गड़वा भर के पानी का ते नाल गिलास लिख के कोल आई, तो मैं वेख्या घराड़े मारन डिया थका सी, मैं एक पैर चुकया सी ते एक धरती ते मेरा लगा सी, ते मैं वेख्या भी मेरा पति है किते मेरे पैर थले रखना इहदी नींद ना टुट जाए, मेरे लिए परमेश्वर है बाबा, मेरे पति दी सवेरे चार बजे जाग खुली, ते मेरे पति ने नेत्र चुक के आख्या तू इत्थे की कर दी है, महाराज तुसी राती पानी मंगया सी ते रात दी इत्थे की कर रही है, मैं पानी लैके आई तुसी सौं गए ते आ लत नहीं थले रख दी, महाराज पति देव तुसी मेरे पति परमेश्वर जे, मैं इस करके पैर नहीं थले रखिया तुहाडी नींद ना खराब हो जाए। ते ओ कुड़ी ने आख्या बाबा ओ कड़ी सी मेरे पति दे अंदरली आत्मा ने मैनू असीस दिती, जे तू पति नू इन्ना सत्कार दिता ते जा रब तेरियां झोलियां भरे, जेडे बड़े बड़े फकीरां नू अवस्था नहीं ना मिली बाबा, मेरे पति दी असीस ने मैनू ओ अवस्था बख्श दिती। तुसी जिद्दन सुहागणा बनोगे भगती घट भी होजू तां वी तर जोगे, जे कमजातां रह गईयां रूहां करैक्टर चों गिर गईयां फिर जिन्हें मर्जी पुठे लटक लटक के बंदगी करो वो थां नहीं पैनी, करैक्टर विच पक्के हो, अपने आचार विच पक्के हो, बीबा राणी अपने पति दे धर्म च पक्की होवे, पति अपने पत्नी दे धर्म च पक्का होवे, ये दुनिया जिहड़ी नरक बन गई है ना नरक, ये फिर ये जग सच्चे की है कोठड़ी बन सकती है। अपने अपने जीवन नूं सुधारो, अपने जीवन नूं उच्चा सुच्चा बनाओ, फिर कभी समा मिले आप जी के जोड़े झाड़ा, भुला ना चतारनिया, असीस बख्शो,
अमृत छको, गुरु वाले बनो, कबरां ते मत्थे नहीं टेकने। मैं तुहानू अगे भी कई बार कह गया, फोटो लवा लीए एक, चुको चुको हाथ चुको गुरु साहब के सामने, बोले सो निहाल। ये हाथ तां खड़े कराए जे ना किसी खीर वाले को जाना है ते ना किसी मिठिया चौलों वाले को जाना है। कबरां ते की वंडते ने मिठे चौल, ते इत्थे तुहाडे कौन वंडदा है? खीरां वंडदा ना ना ना, तुहाडे लई खीर हैगी आ। आखो वाहिगुरू, तुहाडे लई खीर हैगी आ। की वाहिगुरू वाहिगुरू वाहिगुरू। आखो सतनाम श्री वाहिगुरु। असीस बख्शियो जी, वाहिगुरु जी का खालसा वाहिगुरु। सत श्री अकाल।